ਅਸਤਾਜੀ ਅਸਤਾਜੀ ਭੁੱਖ ਬੜੀ ਲੱਗੀ ਆ, ਰੋਟੀ ਖਵਾਉਣੀ ਕਿ ਨਹੀਂ ਖਵਾਉਣੀ? ਓਏ ਖੜ ਜਾ, ਰੋਟੀ ਵੀ ਖਵਾਉਣਾ ਤੇ ਰੌਣਕਾਂ ਵੀ ਦਿਖਾਉਣਾ। ਚੱਲ ਮੇਰੀ ਰਾਣੀ, ਤੂੰ ਵੀ ਪੀ ਲਈ ਪਾਣੀ ਟੀਟੂ ਦੇ ਢਾਬੇ ਤੇ। ਸਤਿ ਸ਼੍ਰੀ ਅਕਾਲ ਜੀ। ਅੱਛਾ, ਮੈਂ ਤੇ ਟੀਟੂ ਦੇ ਢਾਬੇ ਤੇ ਬਹੁਤ ਖੁਸ਼ ਹਾਂ ਕਿਉਂਕਿ ਨਵੇਂ ਨਵੇਂ ਕਿਰਦਾਰ ਦੇਖਣ ਨੂੰ ਮਿਲ ਰਹੇ ਆ। ਵੈਸੇ ਵੀ ਸਿਆਣੇ ਕਹਿੰਦੇ ਆ, ਚਾਹੇ ਰੀਅਲ ਲਾਈਫ ਹੋਵੇ ਜਾਂ ਰੀਲ ਲਾਈਫ, ਨਵੇਂ ਨਵੇਂ ਕਿਰਦਾਰਾਂ ਦਾ ਆਉਣਾ ਬਹੁਤ ਜ਼ਰੂਰੀ ਆ। ਹੁਣ ਦੇਖੋ ਨਾ, ਬੰਦੇ ਦਾ ਵਿਆਹ ਹੁੰਦਾ ਅਤੇ ਇੱਕ ਨਵਾਂ ਕਿਰਦਾਰ ਆਉਂਦਾ, ਵਹੁਟੀ, ਵਾਈਫ, ਘਰ ਵਾਲੀ। ਪਰ ਟੀਟੂ ਦਾ ਵਿਆਹ ਹੋਇਆ, ਵਾਈਫ ਦੇ ਨਾਲ ਨਾਲ ਪੂਰਾ ਟੱਬਰ ਹੀ ਆ ਗਿਆ। ਅੱਜ ਵੈਸੇ ਇਸ ਢਾਬੇ ਉੱਤੇ ਵੀ ਇੱਕ ਖਾਸ ਕਿਰਦਾਰ ਆਉਣ ਵਾਲਾ। ਹੁਣ ਇਹ ਨਵਾਂ ਕਿਰਦਾਰ ਟੀਟੂ ਦੀ ਜ਼ਿੰਦਗੀ ਨੂੰ ਹੈਰਾਨ ਕਰਦਾ, ਪਰੇਸ਼ਾਨ ਕਰਦਾ ਕਿ ਆਸਾਨ ਕਰਦਾ, ਇਹ ਮੈਨੂੰ ਨਹੀਂ ਪਤਾ, ਇਹ ਤੁਹਾਨੂੰ ਆਪ ਦੇਖਣਾ ਪੈਣਾ। ਤਾਂ ਆਓ ਫਿਰ ਲੈ ਚੱਲਦੇ ਹਾਂ ਤੁਹਾਨੂੰ ਟੀਟੂ ਦੇ ਢਾਬੇ 'ਤੇ ਉਸ ਖਾਸ ਕਿਰਦਾਰ ਨਾਲ ਮਿਲਾਉਣ ਲਈ। ਕਿੰਨਾ ਸੋਹਣਾ ਤੈਨੂੰ ਕੰਪਿਊਟਰ ਨਾਲ ਬਣਾਇਆ, ਕਿੰਨਾ ਸੋਹਣਾ ਤੈਨੂੰ ਕੰਪਿਊਟਰ ਨਾਲ ਬਣਾਇਆ। ਹਾਏ ਨੀ, ਮੈਂ ਮਰ ਜਾਂ, ਕਿੰਨੇ ਸੋਹਣੇ ਲੱਗਦੇ ਆ ਮੇਰੇ ਟੀਟੂ ਜੀ। ਜੀ ਜੇ ਤੁਸੀਂ ਟਾਈਮ ਨਾਲ ਬੰਬੇ ਚਲੇ ਜਾਂਦੇ ਨਾ, ਅੱਜ ਨੂੰ ਕਿਸੇ ਵੱਡੀ ਫਿਲਮ 'ਤੇ ਪੋਸਟਰ ਲਾਉਂਦੇ ਹੁੰਦੇ। ਚਲੋ ਕੋਈ ਗੱਲ ਨਹੀਂ, ਹੁਣ ਕਿਹੜਾ ਤੁਹਾਡੇ 'ਚ ਟੇਲੈਂਟ ਘੱਟ ਹੈ? ਇੱਕ ਹੱਥ ਨਾਲ ਫਟਾਫਟ ਸਾਰੇ ਪੋਚੇ ਲਾ ਲੈਂਦੇ ਆ ਅਤੇ ਦੂਜੇ ਨਾਲ ਸਾਰੇ ਜਾਲੇ ਲਾ ਦਿੰਦੇ ਆ। ਉਹ ਵੇਖਦੇ ਕੀ ਹੋ, ਇਹ ਮੇਰੇ ਟੀਟੂ ਜੀ ਨੇ, ਮੈਂ ਨਾ ਕੰਪਿਊਟਰ ਨਾਲ ਐਡਿਟ ਕਰਕੇ ਇਹਨਾਂ ਨੂੰ ਅੰਗਰੇਜ਼ ਬਣਾ ਲਿਆ। ਹਾਲਾਂਕਿ ਕੰਪਿਊਟਰ ਨੇ ਮੈਨੂੰ ਬਹੁਤ ਵਾਰੀ ਮਨਾ ਕੀਤਾ, ਕਹਿੰਦਾ ਭੈਣ ਜੀ, ਆ ਬੰਗਲਾਦੇਸ਼ ਵਰਗੇ ਮੂੰਹ ਵਾਲੇ ਬੰਦੇ ਨੂੰ ਤੁਸੀਂ ਅੰਗਰੇਜ਼ ਬਣਾਉਣ ਲੱਗੇ ਹੋ। ਪਰ ਮੈਂ ਕਿਹੜਾ ਘੱਟ ਸੀ, ਦੁੱਗਣੇ ਪੈਸੇ ਦੇ ਕੇ, ਡਬਲ ਪੈਸੇ ਦੇ ਕੇ ਨਾ ਇਹਨਾਂ ਨੂੰ ਮੈਂ ਇੱਦਾਂ ਇੰਨੇ ਸੋਹਣੇ ਬਣਾ ਲਿਆ। ਚਲੋ ਟੀਟੂ ਜੀ, ਹੁਣ ਨਾ ਮੈਂ ਤੁਹਾਡੀ ਫੋਟੋ ਫਟਾਫਟ ਇਸ ਢਾਬੇ 'ਤੇ ਲਾ ਦਿੰਦੀ ਹਾਂ। ਨਹੀਂ ਨਹੀਂ, ਇੱਧਰ ਤਾਂ ਭਾਅ ਜੀ ਖੜ੍ਹੇ ਨੇ, ਚਲੋ ਉੱਧਰਲੇ ਪਾਸੇ ਲਾਉਣੀ ਆ। ਇੱਧਰ ਤਾਂ ਜੀ ਮਾਨ ਸਾਹਿਬ ਦੀ ਫੋਟੋ ਹੈ। ਇੱਦਾਂ ਕਰਦੀ ਹਾਂ ਜੀ, ਮੈਂ ਤੁਹਾਡੀ ਨਾ ਫੋਟੋ ਉੱਥੇ ਸਾਹਮਣੇ ਫਰੰਟ 'ਤੇ ਲਾਉਣੀ ਹੈ, ਨਾਲੇ ਆਉਂਦੇ ਜਾਂਦੇ ਬੰਦੇ ਨੂੰ ਸਾਰਿਆਂ ਨੂੰ ਦਿਖੂਗੀ। ਦੇਖਿਆ ਕਿੰਨੇ ਸੋਹਣੇ ਲੱਗਦੇ ਹੈ। ਤੁਸੀਂ ਇੱਥੇ ਖੜੋ, ਮੈਂ ਬਾਕੀ ਦਾ ਕੰਮ ਕਰਕੇ ਆਉਣੀ ਹਾਂ। ਕਿੰਨਾ ਸੋਹਣਾ ਤੈਨੂੰ। ਹੈਲੋ, ਸੱਚੇ ਕਾਰਪੋਰੇਸ਼ਨ ਵਾਲੇ ਰੇਹੜੀ ਚੁੱਕਣ ਆ ਰਹੇ ਆ? ਯਾਰ, ਇਹ ਹਰ ਹਫ਼ਤੇ ਰੇਹੜੀ ਚੁੱਕ ਕੇ ਲੈ ਜਾਂਦੇ ਆ, ਸ਼ਾਮ ਨੂੰ ਆਪ ਤਾਂ ਨਹੀਂ ਆਂਡੇ ਲਾਉਂਦੇ। ਪਹੁੰਚ ਗਏ ਕਿੱਥੇ ਯਾਰ? ਮੈਂ ਤੇਰੇ ਨਾਲ ਬਾਅਦ 'ਚ ਗੱਲ ਕਰਦਾ, ਮੈਨੂੰ ਹੋਇਆ ਕੁਛ, ਮੈਂ ਤੈਨੂੰ ਬਾਅਦ 'ਚ ਦੱਸਦਾ। ਓਕੇ, ਕੀ ਕਰਾਂ ਮੈਂ ਰੇਹੜੀਆਂ ਚੁੱਕਣ ਨਾਲ। ਬਿੱਲੋ ਬਿੱਲੋ, ਟੀਟੂ ਟੀਟੂ ਤਾਂ ਮੈਂ ਹੀ ਹਾਂ, ਇੱਕ ਤਾਂ ਪਤਾ ਨਹੀਂ ਲੱਗਣ ਡਿਆ ਕਿਹਨੂੰ ਆਵਾਜ਼ ਮਾਰਨੀ ਕਿਹਨੂੰ ਨਹੀਂ ਮਾਰਨੀ। ਉਹ ਬਿੱਲੋ ਬਿੱਲੋ ਬਿੱਲੋ, ਬੜਾ ਖੁਸ਼ ਹੋ ਗਿਆ, ਇੱਦਾਂ ਕਰ ਭਾਂਡੇ ਚੁੱਕ ਕੇ ਅੰਦਰ ਲਾ ਦੇ, ਮੰਜੇ ਚੁੱਕ ਕੇ ਭਾਂਡਿਆਂ 'ਚ ਪਾ ਦੇ, ਆਪ ਤੂੰ ਕੁੱਕਰ 'ਚ ਵੜ ਜਾ, ਮੈਂ ਉੱਤੇ ਢੱਕਣ ਲਾ ਦਿੰਦਾ, ਬਾਹਰ ਨਾ ਨਿਕਲੀ ਜਿੰਨੀ ਮਰਜ਼ੀ ਸੀਟੀ ਵੱਜੇ। ਮੈਂ ਕੀ ਕਰਾਂ, ਮੈਂ ਇੱਥੇ ਲੁੱਕ ਜਾਂਦਾ, ਮੇਰੇ ਮੂੰਹ 'ਤੇ ਦਾਲ ਰੋੜ ਦੇ, ਮਾਂ ਦੀ ਦਾਲ ਰੋੜ ਦੇ ਮੇਰੇ ਮੂੰਹ 'ਤੇ। ਕਾਰਪੋਰੇਸ਼ਨ ਵਾਲੇ ਆ ਰਹੇ ਰੇੜੀਆਂ ਚੁੱਕਣ ਵਾਸਤੇ। ਰੇੜੀ ਤੁਸੀਂ ਵਿਆਹ ਤੋਂ ਪਹਿਲਾਂ ਲਾਉਂਦੇ ਸੀ, ਖੜੇ ਹੋਵੋ। ਆ ਦੇਖੋ, ਆ ਨਾ ਆਪਣਾ ਢਾਬਾ, ਹੁਣ ਆਪਾਂ ਨੂੰ ਡਰਨ ਡਰਨ ਦੀ ਕੋਈ ਲੋੜ ਨਹੀਂ। ਹੋ ਸੋਚੀ ਯਾਰ, ਮੈਨੂੰ ਤੇ ਚੇਤਾ ਭੁੱਲ ਗਿਆ ਸੀ ਢਾਬਾ ਖੋਲ ਲਿਆ ਆਪਾਂ। ਰੇੜੀ ਤਾਂ ਮੇਰੇ ਦਿਮਾਗ 'ਚੋਂ ਨਿਕਲਦੀ ਨਹੀਂ, ਪਰ ਬਿੱਲੋ ਕਿੰਨੇ ਵਧੀਆ ਦਿਨ ਹੁੰਦੇ ਸੀ ਜਦੋਂ ਮੈਂ ਕੁੜੀਆਂ ਦੇ ਕਾਲਜ ਦੇ ਬਾਹਰ ਸਾਰਾ ਸਾਰਾ ਦਿਨ ਰੇੜੀ ਲਾਉਂਦਾ ਸੀ ਕੁਲਚਿਆਂ ਦੀ, ਅਤੇ ਨਾਲੇ ਆਵਾਜ਼ਾਂ ਦਿੰਦਾ ਸੀ, ਆ ਕੁਲਚਾ 20 ਰੁਪਏ, ਕੁਲਚਾ 20 ਰੁਪਏ, ਮੱਖਣ ਵਾਲਾ ਕੁਲਚਾ 30 ਰੁਪਏ। ਤੇ ਬਿੱਲੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡਾ ਇੱਕ ਵੀ ਕੁਲਚਾ ਨਹੀਂ ਸੀ ਵਿਕਦਾ। ਤੈਨੂੰ ਕਿੱਦਾਂ ਪਤਾ? ਆ ਤੁਹਾਡੀ ਉਂਗਲੀ ਕਰਕੇ। ਵੈਸੇ ਇੱਕ ਗੱਲ ਦੱਸੋ, ਕੀ ਤੁਹਾਡੀ ਕਿਸਮਤ ਸ਼ੁਰੂ ਤੋਂ ਖਰਾਬ ਹੈ? ਕਿਸਮਤ ਕੁਸਮਤ ਨਹੀਂ ਖਰਾਬ, ਤੈਨੂੰ ਭੁੱਲ ਗਿਆ ਜੀ ਪਤਾ ਨਹੀਂ ਹੈਗਾ, ਕੁੜੀਆਂ ਦੇ ਕਾਲਜ ਦੇ ਬਾਹਰ ਸਿਰਫ ਦੋ ਚੀਜ਼ਾਂ ਵਿਕਦੀਆਂ, ਜਾਂ ਤਾਂ ਖੱਟੇ ਅੰਬ ਪਾਪੜ ਤੇ ਜਾਂ ਫਿਰ ਗੋਲ ਗੱਪੇ, ਮੈਨੂੰ ਦੋਵੇਂ ਨਹੀਂ ਚੰਗੀਆਂ ਲੱਗਦੀਆਂ। ਹਾਂ, ਨਾਲੇ ਵੈਸੇ ਵੀ ਜੀ ਬੰਦੇ ਨੂੰ ਨਾ ਆਪਣੀ ਔਕਾਤ 'ਚ ਰਹਿਣਾ ਚਾਹੀਦਾ। ਯਾਰ ਔਕਾਤ ਤਾਂ ਮੈਨੂੰ ਯਾਦ ਆਇਆ, ਇੱਕ ਵਾਰੀ ਪਹਿਲਾਂ ਵੀ ਮੈਂ ਆਪਣੀ ਔਕਾਤ ਭੁੱਲ ਗਿਆ ਸੀ। ਦਰਅਸਲ ਬਿੱਲੋ ਹੋਇਆ ਪਤਾ ਕੀ, ਮੈਂ ਪਿਛਲੇ ਸਾਲ ਆਵਾਜ਼ ਪੰਜਾਬ ਦੀ 'ਚ ਗਿਆ ਸੀ ਡਿਸ਼ਨ ਦੇਣ, ਉੱਥੇ ਜਾ ਕੇ ਮੈਂ ਜਦੋਂ ਗਾਣਾ ਗਾਇਆ, ਜੋ ਸੁੱਲ ਸੁੱਲ ਆਉਂਦੀ ਆ ਹਵਾ, ਕਿਤੇ ਕੋਈ ਰੋਂਦਾ ਹੋਵੇਗਾ, ਜੱਜ ਸਾਹਿਬ ਖੁਦ ਮੈਨੂੰ ਕਹਿਣ ਲੱਗੇ, ਕਹਿੰਦੇ ਮੇਰੇ ਮਾਲਕ ਹਜ਼ੂਰ ਬਾਬੇ ਉਹ ਇੱਕ ਹੱਥ ਜੋੜ ਕੇ ਬੇਨਤੀ ਹੈ। ਮੈਂ ਕਿਹਾ ਜੀ ਦੱਸੋ, ਕਹਿੰਦੇ ਆਪਣੀ ਔਕਾਤ 'ਚ ਰਹਿ ਕੇ ਗਾਇਆ ਕਰੋ। ਚਲੋ ਛੱਡੋ ਫਾਲਤੂ ਗੱਲਾਂ, ਮੈਨੂੰ ਹੋਰ ਵੀ ਬਥੇਰੇ ਕੰਮ ਨੇ। ਕਿਹੜੇ ਕੰਮ ਆ ਤੈਨੂੰ? ਮੈਨੂੰ ਬਹੁਤ ਕੰਮ ਨੇ। ਨਹੀਂ ਯਾਰ, ਮੈਨੂੰ ਸਮਝ ਨਹੀਂ ਆਉਂਦੀ, ਇੱਕ ਦੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਕਿਹੜੇ ਕੰਮ ਆ ਇਹਨੂੰ? ਅੰਦਰ ਇੱਕ ਕਮਰਾ ਹੈ, ਇੱਕ ਟੀ ਵੀ ਲੱਗਾ, ਇੱਕ ਡਰੈਸਿੰਗ ਟੇਬਲ ਆ, ਜਾ ਕੇ ਸੌਂ ਜਾਂਦੀ ਹੈ,
ਜਾਂ ਟੀਵੀ ਦੇਖਦੀ ਹੈ ਜਾਂ ਫਿਰ ਸਾਰਾ ਦਿਨ ਲਿਪਸਟਿਕ ਜੀ ਲਾਉਂਦੀ ਰਹਿੰਦੀ ਹੈ। ਸਹੀ ਕਿਹਾ ਕਿਸੇ ਸਿਆਣੇ ਨੇ, ਕ੍ਰੀਏਟਿਵ ਬੰਦੇ ਨੂੰ ਵਿਆਹ ਕਰਾਉਣਾ ਹੀ ਨਹੀਂ ਚਾਹੀਦਾ, ਕਿਉਂਕਿ ਵਿਆਹ ਤੋਂ ਬਾਅਦ ਬੰਦੇ ਦੀ 98% ਕ੍ਰੀਏਟਿਵਿਟੀ ਤਾਂ ਜਨਾਨੀ ਖਾ ਜਾਂਦੀ ਹੈ ਅਤੇ ਬਾਕੀ ਜਿਹੜੀ 2% ਬਚਦੀ ਹੈ ਨਾ ਉਹ ਬੰਦਾ ਭੁੱਖ ਲੱਗੀ ਨੂੰ ਆਪ ਹੀ ਅੰਦਰ ਲੰਘਾ ਜਾਂਦਾ, ਬਾਹਰ ਹੀ ਨਹੀਂ ਕੱਢਦਾ। ਵੈਸੇ ਢਾਬਾ ਆਪਣਾ ਬਹੁਤ ਵਧੀਆ ਲੱਗ ਰਿਹਾ। ਇਹ ਕੀ ਬਣਾਤਾ ਇਹਨੇ ਮੈਨੂੰ ਡੱਬ ਖੜਾਬਾ ਜਿਹਾ? ਬਿੱਲੋ ਬਿੱਲੋ ਬਿੱਲੋ! ਕਿੰਨੀ ਵਾਰੀ ਕਿਹਾ ਕਿਸੇ ਦਿਨ ਨਾ ਤੁਹਾਡੀ ਆਵਾਜ਼ ਨਾ ਤੁਹਾਡੇ ਆਪਦੇ ਕੰਨ ਦੇ ਪਰਦੇ ਫੜ ਜਾਣੇ ਆ। ਪਰਦਿਆਂ ਦੀ ਗੱਲ ਵੇਖੋ ਕੌਣ ਕਰਦਾ ਪਿਆ, ਜਿਹਦੇ ਆਪਣੇ ਘਰ 'ਚ ਕੋਈ ਪਰਦਾ ਨਹੀਂ ਲੱਗਾ। ਭੁੱਲ ਗਈ ਹੈ ਵਿਆਹ ਤੋਂ ਬਾਅਦ ਜਦੋਂ ਤੁਹਾਡੇ ਘਰ ਗਿਆ ਸੀ ਮੈਂ ਭਾਪੇ ਤੇਰੇ ਨੂੰ ਕਿਹਾ ਪਾਪਾ ਜੀ ਮੈਂ ਕੱਪੜੇ ਬਦਲਨੇ ਕੋਈ ਪਰਦਾ ਕਰ ਦਿਓ, ਉਹਦਾ ਭਾਪਾ ਖਿੜਕੀ ਵੱਲ ਗਿਆ ਆਪ ਹੀ ਜਾ ਕੇ ਪੁੱਠਾ ਖਲੋ ਗਿਆ, ਕਹਿੰਦਾ ਪੁੱਤ ਬਦਲ ਲੈ ਪਰਦਾ ਕਰਤਾ। ਹੈਲੋ, ਸਾਡੇ ਘਰ ਦੇ ਤਾਂ ਫਿਰ ਵੀ ਅਮੀਰ ਨੇ, ਤੁਹਾਡੇ ਘਰ ਦੀ ਗੱਲ ਕਰਾਂ ਨਾ, ਜਿੱਦੇ ਦੀ ਮੈਂ ਨਾ ਤੇ ਘਰੇ ਆਈ ਆ ਨਾ ਮੈਂ ਪੇਸਟ ਨਹੀਂ ਦੇਖੀ। ਸਵੇਰੇ ਜਦੋਂ ਉੱਠਦੀ ਆ ਨਾ ਮੈਨੂੰ ਕਹਿ ਦਿੰਦੇ ਆ ਕਿ ਸਵਾਹ ਮੱਲਾ, ਲੋਕਾਂ ਦੇ ਤਾਂ ਸਿਰ 'ਚ ਸਵਾਹ ਪੈਂਦੀ ਆ, ਮੇਰੇ ਤਾਂ ਇਹਨਾਂ ਨੇ ਉਹ ਦੰਦਾਂ 'ਚ ਵੀ ਸਵਾਹ ਪਵਾਤੀ। ਮੇਰੇ ਸਾਰੇ ਢਾਬੇ 'ਚ ਸਿਰ ਸਵਾਹ ਪਾਈ ਹੋਈ, ਤੂੰ ਖੇ ਪਾਈ ਹੋਈ ਨਾਲ ਸਵਾਹਾਂ ਦੀਆਂ ਗੱਲਾਂ ਕਰਦੀ ਵੱਡੀ ਤੁਸੀਂ। ਮੈਂ ਕਹਿੰਦਾ ਬੜੇ ਖਾਨਦਾਨੀ ਲੋਕ, ਮੈਂ ਤੁਹਾਡੇ ਘਰ ਗਿਆ ਸੀ ਜਦੋਂ 3 ਦਿਨ ਬਾਅਦ, ਫਿਰ ਮੈਂ ਕਿਹਾ ਪਾਪਾ ਜੀ ਸਾਬਣ ਦਿਓ, ਕਹਿੰਦੇ ਸਾਬਣ ਬੇਟਾ ਸਾਡੇ ਘਰ ਨਹੀਂ ਸਾਬਣ ਸੁਬਣ ਹੈਗਾ। ਮੈਂ ਕਿਹਾ ਨਹਾਉਂਦੇ ਕਿੱਦਾਂ? ਕਹਿੰਦਾ ਸਿਰ ਸਿਰ ਬਰੱਸ਼ ਕਰੀਦਾ ਨਾ, ਜਿਹੜੀ ਝੱਗ ਪਾਉਂਦੀ ਹੈ ਉਹ ਸਰੀਰ 'ਤੇ ਲਾ ਕੇ ਨਾਹਨੂੰ ਲਈਦਾ। ਵੱਡੀ ਗੱਲ ਕਰਦੀ ਹੈ, ਨਾਲੇ ਮੇਰੀ ਗੱਲ ਸੁਣ, ਇਹ ਕੀ ਹੈ ਮੈਨੂੰ ਵੀ ਮਾਰਨੇ ਆਉਂਦੀਆਂ ਹੈ ਕੀ ਇਹ? ਹੈਂ ਵੱਡੀ ਆਈ ਚੁਟਕੀਆਂ ਮਾਰ ਕੇ ਡਰਾਉਣ ਵਾਲੀ, ਆ ਜਿਹੜੇ ਅੰਦਰ ਕੱਪੜੇ ਪਏ ਉਹ ਵੀ ਕਦੀ ਵਾਸ਼ ਕਰਦਿਆ ਕਰ, ਉਹ ਤੇਰੀ ਭੂਆ ਨੇ ਕਰਨੇ ਆ। ਆ ਦੇਖ ਅੰਦਰ ਜਾ ਕੇ, 1.5 ਮਹੀਨਾ ਹੋ ਗਿਆ ਟੱਪ 'ਚ ਮੇਰੀ ਕਮੀਜ਼ ਪਈ ਪਈ ਨੂੰ ਕੁੰਡਲ ਪੈ ਗਏ ਆ। ਚਲੋ ਛੱਡੋ, ਇਹ ਦੱਸੋ ਮੈਨੂੰ ਆਵਾਜ਼ ਕਿਉਂ ਮਾਰੀ ਹੈ? ਅੱਛਾ, ਤੈਨੂੰ ਆਵਾਜ਼ ਵੀ ਨਹੀਂ ਮਾਰ ਸਕਦਾ, ਤੂੰ ਆਵਾਜ਼ ਪੰਜਾਬ ਦੀ, ਆਵਾਜ਼ ਕਿਉਂ ਮਾਰੀ, ਆਵਾਜ਼ ਕਿਉਂ ਮਾਰੀ? ਉਹ ਸੱਚ ਇੱਧਰ 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 ਕੰਮ ਦਿਓ ਕੀ ਹੈ ਤੁਸੀਂ ਹੋ? ਲੈ ਦੱਸ, ਤੁਹਾਡੇ ਢਾਬੇ ਦੀ ਕਿਸੇ ਹੋਰ ਦੀ ਫੋਟੋ ਲੱਗ ਸਕਦੀ ਹੈ? ਦੇਖੋ ਯਾਰ, ਇਹ ਕੀ ਬਣਾਤਾ ਮੈਨੂੰ? ਉਹ ਨਾ ਜੀ, ਅਸਲ 'ਚ ਨਾ ਅੱਜ ਨਾ ਜੀ ਮੇਰੀ ਦਾਦੀ ਨੇ ਆਉਣਾ ਹੈ। ਤੇਰੀ ਦਾਦੀ ਆ ਰਹੀ ਇੱਥੇ? ਇੱਕ ਮੇਰੀ ਗੱਲ ਸੁਣ, ਚੱਲ ਮਾਨਾ ਜੇ ਦਾਦੀ ਨੇ ਆਉਣਾ, ਮੈਨੂੰ ਉਹ ਡੱਬ ਖੜਾਬਾ ਬਣਾ ਕੇ ਉਹ ਲਾਇਆ ਉੱਧਰ। ਫਿਰ ਦੱਸਦੀ ਹਾਂ ਜੀ, ਬਹੁਤ ਅੱਤਿਆਚਾਰ ਵਾਲੀ ਗੱਲ ਹੈ। ਅਸਲ ਦੇ ਵਿੱਚ ਨਾ ਅੰਗਰੇਜ਼ਾਂ ਨੇ ਮੇਰੇ ਦਾਦਾ ਜੀ ਦੇ ਦੋਨੇ ਹੱਥ ਐਂ ਕਰਕੇ ਬੰਨ ਲਏ ਅਤੇ ਮੇਰੀ ਦਾਦੀ ਨੂੰ ਨਾ ਬਸੰਤੀ ਵਾਂਗੂ ਇੱਦਾਂ ਇੱਦਾਂ ਕਰਕੇ ਨਚਾਇਆ, ਅਤੇ ਜਦੋਂ ਮੇਰੇ ਦਾਦਾ ਜੀ ਨੇ ਮੇਰੀ ਦਾਦੀ ਦਾ ਇੱਦਾਂ ਦਾ ਵਿੰਗਾ ਟੇਢਾ ਡਾਂਸ ਦੇਖਿਆ ਨਾ ਤਾਂ ਦਾਦਾ ਜੀ ਨੂੰ ਅਟੈਕ ਹੋ ਗਿਆ। ਉਸ ਤੋਂ ਬਾਅਦ ਜੀ ਮੇਰੀ ਦਾਦੀ ਨੇ ਸਹੁੰ ਖਾ ਲਈ ਕਿ ਜਦੋਂ ਤੱਕ ਮੈਂ ਗੋਰਿਆਂ ਤੋਂ ਬਦਲਾ ਨਹੀਂ ਨਾ ਲੈਂਦੀ ਮੇਰੇ ਕਾਲਜ 'ਚ ਠੰਡ ਨਹੀਂ ਪੈਣੀ। ਇੱਧਰ ਇੱਧਰ ਮਰੀ ਜਾ ਬਾਇਆ, ਮੈਨੂੰ ਲੱਗਦਾ ਤੈਨੂੰ ਵਾਇਰਲ ਹੋ ਗਿਆ ਬਾਇਆ। ਓਏ ਬਾਇਆ ਮਰੋ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਆਪਣੀ ਦਾਦੀ ਨੂੰ ਮਨਾ ਨਹੀਂ ਕਰ ਸਕਦੀ? ਵੇਖ ਤੇਰਾ ਨਿੱਕਾ ਜਿਹਾ ਭਰਾ ਵੀ ਇੱਥੇ ਰਹਿੰਦਾ, ਤੇਰੀ ਵਿੰਗੇ ਦੰਦਾਂ ਵਾਲੀ ਮਾਂ ਵੀ ਇੱਥੇ ਰਹਿੰਦੀ ਹੈ, ਉੱਤੋਂ ਤੇਰੀ ਦਾਦੀ ਆ ਰਹੀ ਹੈ, ਇਹ ਮੇਰਾ ਢਾਬਾ ਹੈ ਕਿ ਚੰਡੀਗੜ੍ਹ ਦਾ ਕਿਸਾਨ ਭਵਨ, ਜਿਹੜਾ ਮਰਜ਼ੀ ਆ ਕੇ ਰਹੀ ਜਾਣ ਦਿਓ। ਮੇਰੀ ਦਾਦੀ ਨੂੰ ਦਾਦੀ ਨਾ ਸਮਝੋ, ਮੇਰੀ ਦਾਦੀ ਦਾ ਬੜਾ ਖੌਫ ਹੈ ਪਿੰਡ ਦੇ ਵਿੱਚ, ਜੇ ਮੇਰੀ ਦਾਦੀ ਕਿਤੇ ਗੋਲੀ ਚਲਾ ਦੇਵੇ ਨਾ ਉੜਦਾ ਉੜਦਾ ਕਬੂਤਰ ਆਪ ਗੋਲੀ ਤੇ ਆ ਕੇ ਵੱਜਦਾ ਕਿ ਕਿਤੇ ਦਾਦੀ ਦੀ ਗੋਲੀ ਵੇਸਟ ਨਾ ਹੋ ਜੇ। ਯਾਰ ਬਿੱਲੋ, ਤੂੰ ਮੈਨੂੰ ਡਰਾ ਕਿਉਂ ਰਹੀ ਹੈ? ਨਹੀਂ ਨਹੀਂ, ਤੁਸੀਂ ਇੱਥੇ ਬੈਠੋ 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 ਬੈਠੋ, ਤੁਸੀਂ ਕੀ ਹਾਲ ਬਣਾਇਆ ਆਪਣਾ? ਆ ਮੇਰੇ ਨਾਲ ਇੱਦਾਂ ਪਪਲੀਆਂ ਪੁਪਲੀਆਂ ਜਿਹੜਾ ਕਰਿਆ ਕਰ, ਕਿਉਂਕਿ ਜਦੋਂ ਵੀ ਤੂੰ ਮੇਰੇ ਨਾਲ ਇੱਦਾਂ ਕਰਦੀ ਨਾ ਮੈਨੂੰ ਇੰਝ ਲੱਗਦਾ ਤੂੰ ਮੇਰੇ ਖਿਲਾਫ਼ ਕੋਈ ਸਾਜ਼ਿਸ਼ ਕਰ ਰਹੀ ਹੈ। ਲੈ ਦੱਸੋ, ਸਾਜ਼ਿਸ਼ ਕਰਨਾ ਤਾਂ ਮੇਰਾ ਕੰਮ ਹੈ ਕਿਉਂਕਿ ਮੈਂ ਦਿਨ ਰਾਤ ਸੀਰੀਅਲ ਦੇਖਦੀ ਹਾਂ, ਸਾਸ ਬਹੂ ਔਰ ਸਾਜ਼ਿਸ਼। ਨਾਲੇ ਹਾਂ, ਮੇਰੀ ਗੱਲ ਨਾ ਗੌਰ ਨਾਲ ਸੁਣ ਲਓ, ਮੇਰੀ ਜਿਹੜੀ ਦਾਦੀ ਹੈ ਨਾ ਉਹਨੂੰ ਅੰਗਰੇਜ਼ਾਂ ਤੋਂ ਬੜੀ ਨਫ਼ਰਤ ਹੈ, ਉਹ ਸੋਚਦੀ ਹੈ ਜਿਹੜੇ ਆਜ਼ਾਦੀ ਤੋਂ ਪਹਿਲਾਂ ਜ਼ੁਲਮ ਹੋਇਆ ਨਾ ਉਹਨਾਂ ਦਾ ਬਦਲਾ ਲੈਣ ਲਈ ਬਸ ਉਹ ਇੱਥੇ ਆ ਰਹੀ ਹੈ। ਯਾਰ ਉਹ ਤੇ ਠੀਕ ਹੈ, ਉਹਦੇ ਨਾਲ ਮੇਰਾ ਕੀ ਸੰਬੰਧ ਆ? ਉਹ ਅਸਲ ਦੇ ਵਿੱਚ ਜੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਨਾ ਇੱਕ ਅੰਗਰੇਜ਼ ਨਾਲ ਵਿਆਹ ਕਰਾਇਆ ਤੇ ਉਹਨਾਂ ਜੀ ਕੋਲ ਅੰਗਰੇਜ਼ ਹੀ ਸਮਝਦੀ ਹੈ। ਹਾਂਜੀ, ਤੇ ਮੈਂ ਤਾਂ ਜੀ ਤੁਹਾਡਾ ਨਾਮ ਵੀ ਉਹਨਾਂ ਨੂੰ ਹੋਰ ਹੀ ਦੱਸਿਆ, ਟੀਟੂ ਰਾਬਟ ਤ੍ਰਿਤੀਏ। ਟ੍ਰਿਟੀਏ ਜੀ, ਆ ਕਿਤੇ ਦਾ ਨਾਮ ਦੱਸਦੇ ਟ੍ਰਿਟੀਏ। ਲੈ ਦੱਸੋ, ਤੁਸੀਂ ਕਿਸੇ ਅੰਗਰੇਜ਼ ਦਾ ਨਾਮ ਸੁਣਿਆ? ਤਰਸੇਮ ਚੰਦ, ਗੋਰਿਆਂ ਦੇ ਇਹੋ ਜਿਹੇ ਨਾਂ ਹੀ ਹੁੰਦੇ ਆ। ਹੁਣ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਨਾ ਜਿਵੇਂ ਜਿਵੇਂ ਮੇਰੀ ਦਾਦੀ ਕਹੂਗੀ ਉਵੇਂ ਉਵੇਂ ਕਰੀ ਜਾਇਓ, ਤੇ ਜਿਹੜਾ ਜਿਹੜਾ ਕੁਛ ਉਹ ਕਹੂਗੀ ਨਾ ਪਲੀਜ਼ ਤੁਸੀਂ ਸਹੀ ਜਾਇਓ। ਪਰੇ ਜਾ, ਦਾਦੀ ਤੇਰੀ ਹੈ ਮੈਂ ਕਿਉਂ ਕਰੂੰਗਾ? ਪਲੀਜ਼ ਮੰਨ ਜਾਓ ਨਾ ਜੀ, ਗੱਲ ਤਾਂ ਸੁਣੋ, ਮੰਨ ਜਾਓ ਨਾ ਜੀ, ਮੰਨ ਜਾਓ ਨਾ। ਪਹਿਲਾਂ ਨਹੀਂ ਕਹਿ ਸਕਦੀ ਇੱਦਾਂ ਪਿਆਰ ਨਾਲ, ਸਤੀ ਸਵਿੱਤਰੀ ਤਾਂ ਸਾਰਿਆਂ ਨੇ ਦੇਖੀ ਆ, ਪਰ ਪਹਿਲੀ ਵਾਰੀ ਲੋਕ ਸਤਾ ਸਵਿੱਤਰਾ ਘਰ ਵਾਲਾ ਦੇਖਣਗੇ। ਜਾ ਬਿੱਲੋ,
मैं तेरे वास्ते भी करने तैयार हाँ, जो कि मैं करूँगा। पर तेरी दादी का नाम की है? दादी का नाम? हाँ, क्रांति कौर। क्रांति? एक कितना नाम होया? असल च जदों मेरी दादी जम्मण वाली सी ना, उन्हां दी मम्मी फिल्म देखण गई सी क्रांति। उधरों फिल्म दे विच दिलीप कुमार ने गुस्से नाल कहा क्रांति, उधरों मम्मी डर गई ते दादी जम पी। ते फिर दिलीप कुमार रख लेंदे? ओ जी, मेरी दादी दे भरा दा नाम है। तुसी सालों सारा टब्बर फिल्म च जम्मे? फालतू गल्लां ना करो, मेरे सीरियल दा टाइम हो गया, मैं चली आ सीरियल देखण। सारा टब्बर फिल्म च जम्मे, इहदी वारी मैनूं लगदा बजट घट गया सी, इह टीवी देख के पैदा होई है। कुम कुम पर दादी वाली गल करके मैनू तो कर गई है ना गुम सुम। चकला हाय, ओहो हाय हाय वीर जी, हाय हाय मर गई, हाय ओ हेलो। आ की मेरे चंगे भले ढाबे नूं तुसीं सरकारी हॉस्पिटल बनाया? तू सालिया ग्लूकोज की बोतल किसी होर नूं फड़ा थले ना, आ जी ला फड़ो ਲੈ ਫੜੋ ਨਾਲੇ ਇਹਦੀਆਂ ਗੱਲਾਂ 'ਚ ਨਾ ਆਓ, ਡਰਾਮੇ ਕਰਦੀ ਵੀ ਸਵੇਰ ਦੀ ਮੈਨੂੰ ਵੀ ਡਰਾਉਣ ਡਈ ਹੈ। ਹਾਏ ਦੀਦੀ, ਤੂੰ ਟੈਨਸ਼ਨ ਨਾ ਲੈ, ਆਪਾਂ ਸਭ ਸੰਭਾਲ ਲਾਂਗੇ। ਵੀਰ ਜੀ ਮੈਨੂੰ ਇਹੀ ਤਾਂ ਬੋਝ ਹੈ, ਮੈਂ ਤਾਂ ਸੰਭਾਲ ਲੂੰ, ਤੁਸੀਂ ਸਾਰੇ ਸੰਭਾਲੋਗੇ ਕਿ ਨਾ? ਤੁਹਾਨੂੰ ਪਤਾ ਹੈ, ਪਤਾ ਵੀ ਅੱਜ ਕੌਣ ਆ ਰਿਹਾ ਹੈ? ਭਾਬੀ ਜੀ ਤੁਹਾਡੇ ਘਰੋਂ ਹੀ ਕੋਈ ਆਉਂਦਾ ਹੋਣਾ, ਮੈਂ ਜਦੋਂ ਤੋਂ ਢਾਬੇ ਤੇ ਲੱਗਾ ਗਾਹਕ ਤੇ ਕੋਈ ਆਇਆ ਨਹੀਂ ਆ, ਤੁਹਾਡੇ ਘਰੋਂ ਹੀ ਕੋਈ ਨਾ ਕੋਈ ਤੁਰਿਆ ਹੁੰਦਾ ਮੂੰਹ ਚੱਕ ਕੇ ਰੋਟੀ ਖਾਣ। ਮਤਲਬ ਕੁਰਸੀ ਮਾਉਂ ਜੱਗ ਦੇ ਮੂੰਹ ਵਾਲਿਆ, ਤੇਰਾ ਮੂੰਹ ਕੋਈ ਜ਼ਿਆਦਾ ਨਹੀਂ ਖੁੱਲਦਾ ਜਾਂਦਾ? ਹੱਦ ਹੋ ਗਈ ਹੈ, ਉਹ ਕਛੂਆ ਛਾਪ ਦੇ ਮੂੰਹ ਵਾਲਿਓ, ਤੁਸੀਂ ਐਡਾ ਵੱਡਾ ਢਾਬਾ ਖੋਲ ਸਕਦੇ ਹੋ ਤੇ ਆਪਾਂ ਮੂੰਹ ਵੀ ਨਹੀਂ ਖੋਲ ਸਕਦੇ? ਓਹੋ, ਆਪਸ ਵਿੱਚ ਲੜੀ ਜਾਂਦੇ ਹੋ, ਤੁਹਾਨੂੰ ਪਤਾ ਅੱਜ ਕੌਣ ਆ ਰਿਹਾ? ਓ ਦੀਦੀ ਮੈਨੂੰ ਪਤਾ ਹੈ ਵੀ ਕੌਣ ਆ ਰਿਹਾ, ਅੱਜ ਆਪਣੀ ਦਾਦੀ ਸੱਸ ਆ ਰਹੀ ਹੈ। ਓ ਸਾਲਿਆ, ਦਾਦੀ ਸੱਸ ਮੇਰੀ ਆ, ਤੇਰੀ ਦਾਦੀ ਆ? ਓਹੋ, ਉਹੀ ਤਾਂ ਮੈਂ ਕਹਿ ਰਿਹਾ ਵੀ ਮੇਰੀ ਦਾਦੀ ਆ ਰਹੀ ਹੈ, ਤਾਂ ਹੀ ਉਹ ਤਾਂ ਜੀਜਾ ਜੀ ਨੂੰ ਆਪਾਂ ਨੇ ਅੰਗਰੇਜ਼ ਬਣਾਇਆ, ਮਿਸਟਰ ਟੀਟੂ ਰੋਬਰਟ ਤ੍ਰਿਤੀਆ। ਮੈਂ ਤਾਂ ਸਿਰੇ ਅੰਗਰੇਜ਼ੀ ਤੇ ਰਿਹਰਸਲ ਵੀ ਕਰ ਲਿਆ ਵੀ ਜੀਜਾ ਜੀ ਨਾਲ ਕਿਹੜੀ ਕਿਹੜੀ ਗੱਲ ਕਰਨੀ ਆ। ਦੇਖਿਓ ਜਰਾ, ਮਿਸਟਰ ਟੀਟੂ ਰੋਬਰਟ ਤ੍ਰਿਤੀਆ, ਹਾਊ ਡੂ 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 ਡੂ। ਤੇਰੇ ਮੂੰਹ 'ਚ ਜਿੰਨਾ ਮਰਜ਼ੀ ਡੂ ਡੂ ਨਿਕਲੇ, ਤੂੰ ਡੱਡੂ ਹੀ ਲੱਗਣਾ। ਤੂੰ ਕੁਛ ਸਿਉਂ? ਉਹ ਜਨਾਬ, ਤੁਹਾਨੂੰ ਇਹਦਾ ਮੂੰਹ ਦੇਖ ਕੇ ਲੱਗਦਾ ਕਿ ਹੱਸਣ ਨੂੰ ਕੋਈ ਵਜ੍ਹਾ ਚਾਹੀਦੀ ਆ। ਜੁੱਤੀ ਚੁੱਕ ਮਾਲ ਕਹਿੰਦੀ, ਚੱਲ ਪੈਰਾਂ ਰੱਖ ਦੇ, ਇੱਧਰ ਰੱਖ ਰੱਖ ਦਿੰਦੇ ਹਾਂ, ਉਧਰੋਂ ਦੂਰ ਹੋ ਕਰਿਆ ਕਰ, ਦੂਰ ਹੀ ਆ ਮੇਰੀ ਜਾਨ, ਮੇਰੀ ਗੱਲ ਸੁਣ, ਮੇਰਾ ਬੁੱਗੂ ਮੇਰਾ ਗੁੱਗੂ, ਤੂੰ ਟੈਨਸ਼ਨ ਨਾ ਲਿਆ ਕਰ, ਆਪਾਂ ਸਭ ਸਾਂਭ ਲਾਂਗੇ। ਮੈਨੂੰ ਪਤਾ ਯਾਰ ਦਾਦੀ ਆ ਰਹੀ ਹੈ। ਓਹੋ, ਦਾਦੀ ਮੇਰੀ ਹੈ, ਤੁਹਾਡੀ ਤਾਂ ਦਾਦੀ ਸੱਸ ਹੈ। ਨਾਲੇ ਨਾ ਗੱਲ ਸੁਣ ਲਓ, ਜਿੰਨਾ ਚਿਰ ਮੇਰੀ ਦਾਦੀ ਰਹੂਗੀ ਨਾ, ਆਪਾਂ ਸਾਰਿਆਂ ਨੇ ਇਹਨਾਂ ਨੂੰ ਅੰਗਰੇਜ਼ ਸਮਝਣਾ। ਲੈ ਭਾਬੀ ਜੀ ਸਿੱਧਾ ਕਹੋ, ਥੋੜੇ ਦਿਨ ਭਾਜੀ ਨੂੰ ਮੂੰਹ ਨਹੀਂ ਲਾਉਣਾ। ਮੇਰਾ ਮਤਲਬ ਸਾਨੂੰ ਅੰਗਰੇਜ਼ੀ ਨਹੀਂ ਨਾ ਆਉਂਦੀ। ਹਾਂ, ਨਾਲੇ ਮੈਂ ਤਾਂ ਇਹ ਵੀ ਸੁਣਿਆ ਵੀ ਜੀਜਾ ਜੀ ਥਰਸਟੀ ਕਰੋ ਵੀ ਪੰਜਾਬੀ 'ਚ ਲਿਖਦੇ ਰਹੇ ਆ। ਤੇ ਤੂੰ ਬੜੀ ਆਕਸਫੋਰਡ 'ਚ PhD ਕੀਤੀ ਹੈ, ਮੈਂ ਮੂੰਹ ਦੇ ਮਾਰ ਨਹੀਂ ਤੇਰੇ। ਓਏ ਜੀਜਾ ਜੀ, ਅਬਲਾ ਨਾਲ ਤਾਂ ਹੱਥ ਚੁੱਕਣਾ ਚੰਗੀ ਗੱਲ ਨਹੀਂ ਹੈ। ਅਬਲਾ? ਉਹ ਚਵਲਾ ਜਿਹਾ, ਲੋਕੀ ਭੈਣ ਦੇ ਘਰ ਦਾ ਪਾਣੀ ਨਹੀਂ ਪੀਂਦੇ, ਤੂੰ ਸਾਲਿਆ ਦਾਲ ਮੱਖਣੀ ਖਾਈ ਜਾਂਦਾ। ਓ ਭੈਣ ਦੀ ਆ ਮੇਰੀ ਮਾਂ, ਮੇਰੀ ਮਾਂ, ਉਹਨਾਂ ਕੁੱਤਾ ਵਾਂਗੂ ਪਾਲਿਆ ਮੈਨੂੰ। ਖਬਰਦਾਰ ਖਬਰਦਾਰ, ਜੇ ਮੇਰੇ ਪੁੱਤਾਂ ਵਰਗੇ ਵੀਰ ਨੂੰ ਕੁਝ ਕਿਹਾ ਤਾਂ ਮੈਂ ਕਦੀ ਬਤਾ ਨਾ ਨਹੀਂ। ਯਾਰ ਪਹਿਲਾ ਪੁੱਤ ਹੋਣਾ ਜਿਹੜਾ ਮਾਂ ਤੋਂ 40 ਸਾਲ ਵੱਡਾ ਲੱਗਣ ਡਿਆ। ਅੱਛਾ, ਖੜੇ ਮੂੰਹ ਤੇਰਾ ਭੈੜੀ ਸ਼ਕਲ, ਆਹ ਵੇਖ ਲੈ ਤੇਰੇ ਭਰਾ ਨੇ ਕੀ ਕੀਤੀ ਕਰਤੂਤ। ਚੀਕੂ, ਇਹ ਤੂੰ ਆਪਦੀ ਜੀਜਾ ਜੀ ਦੀ ਸਾਰੀ ਸ਼ਰਟ ਖਰਾਬ ਕਰਤੀ। ਤੂੰ ਸ਼ਰਟ ਦੀ ਗੱਲ ਕਰਦੀ ਆ, ਇਹ ਤਾਂ ਪੂਰਾ ਬੰਦਾ ਹੀ ਖਰਾਬ ਹੈ। ਚੱਲ ਮੈਂ ਬੰਦਾ ਤੇ ਹੈਗਾ ਨਾ, ਇਹਦੇ ਵੱਲ ਦੇਖ, ਚਿੜੀ ਦਾ ਅੰਡਾ ਵੀ ਇਹਦੇ ਨਾਲ ਵੱਡਾ ਹੁੰਦਾ। ਚੁੱਪ ਕਰੋ, ਡਾਇਨਾਸੌਰ ਦੇ ਅੰਡੇ ਵਰ ਗਿਆ। ਉਹ ਮੈਂ ਹੁੱਕਾ ਮਾਰਨਾ, ਮੈਂ ਹੁੱਕਾ ਮਾਰਨਾ, ਮਾਰਦਾ ਡਿੱਗਣਾ ਤੂੰ ਹੀ ਆ, ਚੱਕਣਾ ਵੀ ਤਾਂ ਤੂੰ ਹੀ ਹੈ। ਚੱਲ ਡਿੱਗਣੇ ਤਾਂ ਕੋਈ ਚੱਕ ਲੂਗਾ, ਤੂੰ ਤਾਂ ਮੇਰੀ ਨਜ਼ਰਾਂ 'ਚੋਂ ਡਿੱਗਿਆ ਹੋਇਆ। ਖਬਰਦਾਰ, ਜੇ ਮੇਰੇ ਪੁੱਤ ਨੂੰ ਕੁਛ ਵੀ ਕਿਹਾ। ਇਹ ਤੇਰਾ ਪੁੱਤ? ਹਾਂ,
ਉਹ ਪੁੱਤ ਵੇਖੋ ਇਹਦਾ ਕਿਤੇ ਟਾਈਮ ਸਿਰ ਵਿਆਹ ਕੀਤਾ ਹੁੰਦਾ ਤੇ ਆਪਣੇ ਮੁੰਡੇ ਨੇ ਕਿਸੇ ਦਾ ਦਾਦਾ ਬਣਿਆ ਹੋਣਾ ਸੀ। ਨਾਲੇ ਮੇਰੀ ਗੱਲ ਸੁਣ, ਆ ਬੰਦ ਕਰੋ ਰੋਣਾ ਧੋਣਾ, ਮੇਰੇ ਢਾਬੇ ਤੇ ਕਲੈਣ ਪਾਈ ਹੋਈ ਹੈ। ਓ ਮਹਾਰਾਜ, ਤੁਹਾਡੇ ਢਾਬੇ ਤੇ ਗਾਹਕ ਤਾਂ ਕੋਈ ਪੈਂਦਾ ਨਹੀਂ ਆ, ਕਲੈਣ ਤਾਂ ਪੈਣ ਦਿਓ। ਸੜੇ ਹੋਏ ਅਮਰੂਦ ਵਰਗੇ ਇਨਸਾਨ, ਮੈਂ ਮੁੱਕਾ ਮਾਰ ਕੇ ਤੇਰੇ ਸਾਰੇ ਬੀ ਖਿਲਾਰ ਦੇਣੇ। ਓਹੋ ਟੀਟੂ ਜੀ, ਜਦੋਂ ਦਾਦੀ ਨੇ ਆਉਣਾ ਨਾ, ਤੁਸੀਂ ਉਹਨਾਂ ਦੇ ਸਾਹਮਣੇ ਅੰਗਰੇਜ਼ੀ ਬੋਲਣੀ ਆ, ਪੰਜਾਬੀ ਪੰਜੂਬੀ ਜੀ ਨਾ ਬੋਲਿਓ। ਯਾਰ ਅੰਗਰੇਜ਼ੀ ਤਾਂ ਤੈਨੂੰ ਪਤਾ ਹੀ ਮੈਨੂੰ ਕਿੰਨੀ ਕੁ ਆਉਂਦੀ ਹੈ। ਮੈਨੂੰ ਨਹੀਂ ਪਤਾ, ਤੁਸੀਂ ਚਾਹੇ ਪੁੱਠੀ ਸਿੱਧੀ ਜਿਵੇਂ ਮਰਜ਼ੀ ਬੋਲਿਓ, ਪਰ ਅੰਗਰੇਜ਼ੀ ਬੋਲਿਓ ਤੇ ਤੁਸੀਂ ਵੀ ਸਾਰੇ ਕੰਨ ਖੋਲ ਕੇ ਗੱਲ ਸੁਣ ਲਓ। ਇਹਨਾਂ ਨੂੰ ਨਾ ਅੰਗਰੇਜ਼ ਸਮਝਣਾ ਤੇ ਅੰਗਰੇਜ਼ੀ 'ਚ ਗੱਲ ਕਰਨੀ ਹੈ। ਓਕੇ ਡਨ। ਮਾਰ ਲਿਆ ਕਤੀੜੀ, ਦੇਖੀ ਆ ਕੁੱਤਿਆਂ ਨੇ ਤਾਂ ਢਾਬੇ ਦੇ ਮੂਹਰੇ ਡੇਰਾ ਲਾ ਰੱਖਿਆ ਅੰਗਰੇਜ਼ਾਂ ਵਾਂਗੂ। ਅਤੇ ਆ ਰਿਕਸ਼ਾ ਵਾਲਾ, ਮੈਂ ਕਿਹਾ ਭਾਈ ਤੂੰ 30 ਰੁਪਏ ਲੈ ਲਾ, ਕਹਿੰਦਾ ਨਹੀਂ ਬੇਬੇ 20 ਰੁਪਏ। ਮੈਂ ਕਿਹਾ ਵੀ 30 ਰੁਪਏ ਲੈ ਲਾ, ਕਹਿੰਦਾ 20 ਰੁਪਏ। ਮੈਂ ਕਿਹਾ ਦਫਾ ਹੋ, ਨਾਲ ਮੇਰਾ ਸਮਾਨ ਵੀ ਲੈ ਜਾ, ਮੈਂ ਤਾਂ ਮੇਰਾ ਬੈਗ ਲੈ ਜਾਂਦੀ ਹਾਂ। ਅੰਗਰੇਜ਼ ਅਤੇ ਰਿਕਸ਼ਾ ਵਾਲੇ ਸਮਝਾਉਣੇ ਭਾਈ ਬਹੁਤ ਔਖੇ ਆ। ਢਾਬਾ ਕਿੱਡਾ ਸੋਹਣਾ, ਕਿੰਨੀਆਂ ਰੌਣਕਾਂ ਨੇ। ਨਹੀਂ ਬਿੱਲੋ, ਨਹੀਂ ਬਿੱਲੋ, ਕਿੱਥੇ ਆ ਨੀ ਤੂੰ ਬਿੱਲੋ, ਨਹੀਂ ਕਿੱਥੇ ਆ ਤੂੰ? ਆਇਆ ਪੁੱਤ, ਹਾਏ ਨਹੀਂ ਮੈਂ ਮਰ ਜਾ। ਨਹੀਂ ਤੂੰ ਐਡਾ ਸੋਹਣਾ ਢਾਬਾ ਬਣਾ ਰੱਖਿਆ, ਕਿੰਨੀਆਂ ਰੌਣਕਾਂ ਲੱਗੀਆਂ ਨੇ। ਪਰ ਦਾਦੀ ਜੀ ਮੈਂ ਤੁਹਾਡੇ ਨਾਲ ਗੁੱਸੇ ਆ। ਕੁੜੇ ਕਿਉਂ ਗੁੱਸੇ ਕਿਉਂ ਆ? ਤੁਸੀਂ ਮੈਨੂੰ ਭੁੱਲ ਗਏ। ਹੈ ਕਮਲੀ, ਮੈਂ ਤੈਨੂੰ ਕਿਵੇਂ ਭੁੱਲ ਸਕਦੀ ਹਾਂ? ਤੈਨੂੰ ਯਾਦ ਹੈ ਆਪਾਂ ਨਾ ਇੱਕੋ ਗੀਤ ਤੇ ਨੱਚਦੀਆਂ ਹੁੰਦੀਆਂ ਸੀ ਦੋਵੇਂ ਜਣੀਆਂ? ਯਾਦ ਹੈ, ਸੁਣਾ ਫਿਰ ਨੱਚ ਮੇਰੇ। ਆ ਜਾ ਨੱਚ ਨਵੀਂ ਕਰ ਜਾਈਏ, ਫਿਰ ਮੈਂ ਸੋਚਿਆ ਨਾ ਕਿਸੇ ਅੰਗਰੇਜ਼ ਦੇ ਨਾ ਮੂੰਹ ਤੇ ਮਾਰਾਂ, ਕੱਢ ਆਪਦਾ ਅੰਗਰੇਜ਼, ਉਹਦੇ ਮੂੰਹ ਤੇ ਮੈਂ ਕੇਲਿਆਂ ਦੇ ਛਿਲਕੇ ਮਾਰਾਂ। ਦਾਦੀ ਜੀ, ਛਿਲਕੇ ਤੁਸੀਂ ਇਹਨਾਂ ਦੇ ਮੂੰਹ ਤੇ ਮਾਰੋਗੇ? ਤੇ ਹੋਰ ਮਾਰਾਂ ਨਾ ਕੁੜੇ, ਇੰਨੇ ਸਾਲ ਉਹਨਾਂ ਨੇ ਸਾਡੇ ਦੇਸ਼ ਤੇ ਰਾਜ ਕੀਤਾ, ਸਿਰਫ 9000 ਕਿਲੋਮੀਟਰ ਰੇਲ ਪਟਰੀ ਬਣਾਈ ਤੇ ਅਸੀਂ 70 ਸਾਲਾਂ ਵਿੱਚ 400 ਕਿਲੋਮੀਟਰ ਰੇਲ ਪਟਰੀ ਬਣਾਈ ਆ। ਓਹੋ ਦਾਦੀ ਜੀ, 9000 ਜ਼ਿਆਦਾ ਹੁੰਦਾ, 400 ਨਹੀਂ। ਅੱਛਾ ਹਾਂ, ਲੈ ਫੜ ਫਿਰ, ਇਹ ਲਿਫਾਫੇ ਨੂੰ ਕੂੜੇ 'ਚ ਸੁੱਟ ਦੇ। ਹਾਂ ਠੀਕ ਆ, ਠੀਕ ਹੈ। ਕੇਲੇ ਦੇ ਛਿੜਕੇ ਨਾ ਸਹੀ, ਕੁਛ ਨਾ ਕੁਛ ਤਾਂ ਉਹਦੇ ਮਾਰੂੰਗੀ, ਭਾਵੇਂ ਜੁੱਤੀਆਂ ਨਾ ਮਾਰਾਂ ਮੈਂ ਉਹਦੇ। ਦੇਖੋ ਤਾਂ ਸਹੀ, ਅੰਗਰੇਜ਼ ਹਾਏ ਕੀ ਚੀਜ਼ ਉਹਦੇ ਘਰ ਵਾਲਾ, ਮੈਂ ਤਾਂ ਧੂੜਾ ਪੱਟ ਦੂੰ, ਆਵੇ ਸਹੀ ਕਿਹੜਾ ਮੇਰੇ ਹੱਥ। ਪਰੇ ਟਿੱਡੇ ਆ ਜਾ, ਮੇਰੀ ਗੱਲ ਸੁਣ ਲੈ ਬਿੱਲੋ, ਮੇਰੀ ਆਪਣੇ ਭਰਾ ਨੂੰ ਸਮਝਾ, ਮੈਂ ਕੜਛੀ 'ਚ ਪਾ ਕੇ ਨਾ ਕੜਛੀ ਮੂੰਹ ਦੀ ਮਾਰ ਰਹੇ, ਲੱਭਦੀ ਫਿਰੇਂਗੀ ਭਰਾ ਕਿੱਥੇ ਗਿਆ। ਇਹ ਕੌਣ ਹੈ? ਮੈਂ ਤੇ ਵਿਗ ਵੀ ਨਹੀਂ ਲਾਈ। ਇਹ ਦਾਦੀ ਜੀ ਉਹ ਵੇਟਰ। ਕਰੀ ਪਹਿਲਾਂ ਦਾਦੀ ਜੀ, ਇਹ ਪੈਰੀ ਪੈਣਾ ਫੇਰ ਕਰੀ, ਪਹਿਲਾਂ ਆਪਣੇ ਉਹ ਚਿੱਬੜ ਜਿਹੜੇ ਅੰਗਰੇਜ਼ ਮਾਲਕ ਨੂੰ ਬੁਲਾ ਕੇ ਲਿਆ। ਬਿੱਲੋ ਆਪਣੀ ਦਾਦੀ ਨੂੰ ਸਮਝਾ ਲੈ, ਚਿੱਬੜ ਕਹਿ ਉਹਨਾਂ ਨੇ। ਤੂੰ ਤੂੰ ਜਵਾਨ ਸੰਭਾਲ ਕੇ ਗੱਲ ਕਰ, ਤੂੰ ਇੱਥੇ ਵੇਟਰ ਛੱਡ ਰਹੇ ਨਾ? ਵੇਟਰ ਵੇਟਰ ਮੈਂ ਮਰ ਜਾਣੇ ਆ, ਕਦੇ ਮਾਲਕ ਨੂੰ ਐਂ ਬੁਲਾਈਦਾ ਹੁੰਦਾ? ਕੀ ਬਿੱਲੋ 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 ਕਰੀ ਜਾਂਦਾ ਤੂੰ? ਨਹੀਂ ਨਹੀਂ, ਉਹ ਤੇ ਮੈਂ ਇਹਨਾਂ ਨੂੰ ਪਿਆਰ ਨਾਲ ਕਿਹਾ ਹੈ ਨਾ ਸੋਨਾ, ਸੋਨਾ ਹੈ, ਮੈਂ ਮਰ ਜਾ ਸੋਨਾ ਸੋਨਾ, ਤਾਂ ਮੈਨੂੰ ਕਦੇ ਇਹਦੇ ਦਾਦੇ ਨੇ ਨੀ ਕਿਹਾ, ਹਾਏ ਮੈਂ ਮਰ ਜਾ, ਕਿੱਥੋਂ ਸੋਨਾ ਕਹਿਦਾ, ਮੇਰੇ ਰੱਬਾ
ਤੂੰ ਨਾ ਮੈਨੂੰ ਚੱਕੀ ਵੇ ਲੋਕੋ ਮੈਨੂੰ ਚੱਕ ਲਵੇ ਕਿਹੋ ਜਿਹਾ ਮਾੜਾ ਜ਼ਮਾਨਾ ਆ ਗਿਆ ਨੌਕਰ ਮਾਲਕਾਂ ਨੂੰ ਸ਼ੋਨਾ ਮੋਨਾ ਕਹਿੰਦੇ ਨੇ ਵੇ ਦਾਦੀ ਜੀ ਮੇਰੀ ਗੱਲ ਸੁਣੋ ਮੈਂ ਉਹਨਾਂ ਦੀ ਇੱਜ਼ਤ ਕਰਦਾ ਤਾਂ ਕਰਕੇ ਕਿਹਾ ਓਦਾਂ ਦਾ ਕੁਛ ਨੀ ਜੋ ਤੁਸੀਂ ਸਮਝਦੇ ਖਬਰਦਾਰ ਜੀ ਮੇਰੀ ਧੀ ਦੇ ਨੇੜੇ ਗਏ ਕਿੱਥੇ ਮੇਰੀ ਧੀ ਤੇ ਕਿੱਥੇ ਤੂੰ ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ ਅਖੇ ਮੈਂ ਤੈਨੂੰ ਤਿਆਰ ਕਰਦਾ ਦਾਦੀ ਜੀ ਤੁਸੀਂ ਛੱਡੋ ਤੁਸੀਂ ਨਾ ਇੱਥੇ ਬੈਠੋ ਤੇ ਮੈਂ ਨਾ ਹੁਣ ਇਹਨਾਂ ਨੂੰ ਅੰਦਰੋਂ ਅੰਗਰੇਜ਼ ਬਣਾ ਕੇ ਲਿਆਉਣੀ ਕੀ ਕਿਹਾ ਤੂੰ ਮੈਨੂੰ ਓਹੋ ਮੇਰੇ ਕਹਿਣ ਦਾ ਮਤਲਬ ਹੈ ਵੇ ਤੂੰ ਇੱਥੇ ਖੜਾ ਕੀ ਕਰਦਾ ਜਾਂ ਅੰਦਰੋਂ ਜਾ ਕੇ ਅੰਗਰੇਜ਼ ਨੂੰ ਭੇਜ ਕਰਦਾ ਕੀ ਫਿਰਦਾ ਹੈ ਜਾਨਾ ਲੈਣ ਹੁਣ ਮਾਲਕ ਤਿਆਰ ਹੁੰਦੇ ਪਏ ਆ ਅੰਗਰੇਜ਼ ਬਣਨ ਲੱਗਿਆ ਟਾਈਮ ਤੇ ਲੱਗਦਾ ਹੀ ਹੈ ਨਾ ਕੀ ਮਤਲਬ ਹੈ ਤੇਰਾ ਮੇਰਾ ਮਤਲਬ ਬਿੱਲੋ ਸੁਰਖੀ ਪਿੰਦੀ ਲਾਉਂਦੀ ਹੈ ਇੱਕ ਘੰਟਾ ਲਾਉਂਦੀ ਹੈ ਉਹਨਾਂ ਨੇ ਤਾਂ ਪੂਰੇ ਅੰਗਰੇਜ਼ ਬਣਨਾ ਅੱਛਾ ਆਹ ਤਾਂ ਚੰਗੀ ਗੱਲ ਆ ਬਾਹਲੀ ਚੰਗੀ ਗੱਲ ਦੱਸੀ ਹੈ ਹੁਣ ਤਿਆਰ ਹੋਏ ਅੰਗਰੇਜ਼ ਦੇ ਬਾਲ ਖਲਾਰਨੇ ਮੈਨੂੰ ਬਾਹਲੀ ਚੰਗੇ ਲੱਗਣਗੇ ਸਵਾਲ ਆ ਜੀ ਬਸ ਮੈਨੂੰ ਬਿੱਲੋ ਹਾਏ ਰੱਬਾ ਮੇਰੇ ਟੀਟੂ ਜੀ ਨੂੰ ਬਚਾ ਲਈ ਟੀਟੂ ਮੇਰਾ ਮਤਲਬ ਹੈ ਟੀਟੂ ਰੋਬਰਟ ਤ੍ਰਿਪੀਏ ਬਿੱਲੋ ਹਾਂਜੀ ਇਹ ਤੇਰੇ ਘਰ ਵਾਲੇ ਦਾ ਨਾਂ ਹੈ ਅੱਛਾ ਕਿਤੇ ਅੰਗਰੇਜ਼ਾਂ ਦੀ ਕੋਈ ਨਵੀਂ ਬਿਮਾਰੀ ਤਾਂ ਨਹੀਂ ਆ ਗਈ ਮਾਰਕੀਟ 'ਚ ਨਹੀਂ ਰੋਬਰਟ ਟ੍ਰਿਪੀਆ ਤਾਂ ਠੀਕ ਹੈ ਪਰ ਆਹ ਟੀਟੂ ਕਿੱਥੋਂ ਆ ਗਿਆ ਨਹੀਂ ਆਪਣੇ ਤਾਂ ਟੀਟੂ ਬਿਜਲੀ ਠੀਕ ਕਰਨ ਵਾਲੇ ਤਾਂ ਕੁਆਰੀ ਹੁੰਦੇ ਨੇ ਆਪਣੀ ਦਾਦੀ ਨੂੰ ਸਮਝਾਵਾਂ ਨਾ ਤਮਾ ਦਾਦੀ ਜੀ ਤੁਸੀਂ ਉੱਥੇ ਚੱਲੋ ਮੈਂ ਨਾ ਤੁਹਾਡੇ ਲਈ ਚਾਹ ਲੈ ਕੇ ਆਉਣੀ ਹੈ ਨਹੀਂ ਚਾਹ ਤੁਸੀਂ ਮਾਰ ਗੋਲੀ ਜਾਵੇ ਦਫਾ ਹੋ ਬੁਲਾ ਕੇ ਲਿਆ ਆਪਦੇ ਗੋਰੇ ਨੂੰ ਜਾਨਾ ਕਹਿਤਾ ਉਹਨੂੰ ਹਾਂਜੀ ਲਿਆ ਜੀ ਬੁਲਾਓ ਮੇਰਾ ਤਾਂ ਜੀ ਕਾਲਾ ਪਈ ਜਾਂਦਾ ਜੁੱਤੀਆਂ ਮਾਰਾਂ ਉਹਦੇ ਮੈਨੂੰ ਲੱਗਦਾ ਦਾਦੀ ਜੀ ਆ ਗਏ ਬਸ ਨਹੀਂ ਇਹ ਮਰ ਜਾਣੇ ਅੰਗਰੇਜ਼ ਹਾਲੇ ਵੀ ਸ਼ਹਿਨਸ਼ਾਹ ਵਾਂਗੂ ਆਉਂਦੇ ਆ ਚੀਕੂ ਭਾਜੀ ਤੁਸੀਂ ਕਿਉਂ ਹੋਰ ਵੀ ਕਿਸੇ ਨਾਲ ਆ ਸੀਗਾ ਦਾਦੀ ਪੈਰੀ ਪੈਂਦਾ ਬੇ ਪੈਰੀ ਪੂਰੀ ਨਾ ਪੈ ਕਿਤੇ ਪੈਰਾਂ ਥੱਲੇ ਨਾ ਜੀ ਤੇ ਤੂੰ ਹਾਲੇ ਹੈਗਾ ਕੀ ਮਤਲਬ ਦਾਦੀ ਬੇ ਤੂੰ ਜਿਉਂਦਾ ਮੈਂ ਤਾਂ ਸੋਚਿਆ ਕੋਈ ਕੁੱਤਾ ਬਿੱਲਾ ਚੱਕ ਕੇ ਲੈ ਜਾਊ ਤੈਨੂੰ ਤੈਨੂੰ ਤਾਂ ਦਾਦੀ ਮੈਂ ਬਾਅਦ 'ਚ ਦੇਖਦਾ ਪਹਿਲਾਂ ਉਹਨੂੰ ਕੱਦੂ ਜੇ ਨੂੰ ਦੇਖ ਲੂੰ ਓਏ ਕੱਦੂ ਜੇ ਬੇਟਾ ਬਾਹਰ ਨਿਕਲ ਜੇ ਮਾਂ ਦਾ ਦੁੱਧ ਪੀਤਾ ਤਾਂ ਅੱਜ ਮੇਰੇ ਗੱਲ ਤੇ ਚਪੇੜ ਮਾਰ ਕੇ ਦਿਖਾ ਨਾ ਅੱਜ ਤੇਰੀ ਸ਼ਿਕਾਇਤ ਮੈਂ ਆਪਣੀ ਦਾਦੀ ਨੂੰ ਕਰਤੀ ਤਾਂ ਫੇਰ ਕਹੀ ਕੀ ਰੋਣਾ ਪਾਇਆ ਕੀ ਰੋਣਾ ਪਾਇਆ ਬਿੱਲੋ ਇਹ ਕੌਣ ਹੈ ਮੈਂ ਇਸ ਢਾਬੇ ਦਾ ਵੇਟਰ ਵੇਟਰ ਨਹੀਂ ਜਿਹੜਾ ਤੜਕੇ ਆਇਆ ਸੀ ਉਹ ਵੀ ਵੇਟਰ ਸੀ ਤੇ ਇਹ ਵੀ ਦਾਦੀ ਜੀ ਅਸਲ ਦੇ ਵਿੱਚ ਨਾ ਦੋ ਵੇਟਰ ਨੇ ਇਹ ਸਵੇਰੇ ਹੁੰਦਾ ਤੇ ਉਹ ਸ਼ਾਮ ਨੂੰ ਹੁੰਦੇ ਆ ਨਹੀਂ ਬਿੱਲੋ ਤੇਰਾ ਢਾਬਾ ਕਿ ਤਾਜ ਹੋਟਲ ਹੈ ਹੈ ਗਾਹਕ ਇੱਕ ਨਹੀਂ ਆਇਆ ਵੇਟਰ ਦੋ ਰੱਖ ਰੱਖੇ ਨੇ ਭਾਬੀ ਜੀ ਇੱਕ ਵੇਟਰ ਦੀ ਤੁਹਾਡੇ ਕੋਲ ਤਨਖਾਹ ਨਹੀਂ ਦਿੱਤੀ ਜਾਂਦੀ ਦੂਜੇ ਨੂੰ ਕੀ ਦਿਆ ਕਰੂੰਗੇ ਨਾਲੇ ਦੀਦੀ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਵੀ ਦੂਜਾ ਵੇਟਰ ਰੱਖਿਆ ਹੋਇਆ ਬਿੱਲੋ ਮੈਨੂੰ ਤਾਂ ਦਾਲ 'ਚ ਕੁਛ ਕਾਲਾ ਕਾਲਾ ਲੱਗਦਾ ਕਮਾਲ ਕਰਨ ਦੇ ਦਾਦੀ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਦਾਲ ਨਹੀਂ ਦੇਖੀ ਉਹਨਾਂ ਨੂੰ ਕਹਿ ਰਹੇ ਹੋ ਦਾਲ 'ਚ ਕੁਛ ਕਾਲਾ ਲੱਗਦਾ ਬਕਵਾਸ ਨਾ ਕਰ ਲੈ ਨਾ ਕਰ ਸੁਣ ਬਿੱਲੋ ਇਹਨਾਂ ਦੋਨਾਂ ਨੂੰ ਨਹੀਂ ਪਤਾ ਵੀ ਇੱਕ ਬੇਟਰ ਹੋਰ ਆ ਨਹੀਂ ਨਹੀਂ ਦਾਦੀ ਜੀ ਪਤਾ ਪਤਾ ਸਭ ਕੁਛ ਦਾਦੀ ਜੀ ਬਿਜ਼ਨਸ ਚ ਇੱਦਾਂ ਹੁੰਦਾ ਨੌਕਰਾਂ ਨੂੰ ਸਾਰੀਆਂ ਗੱਲਾਂ ਥੋੜਾ ਦੱਸੀ ਦੀਆਂ ਹਾਂਜੀ ਅੱਛਾ ਅੱਛਾ ਭਾਈ ਫੇਰ ਤਾਂ ਤੂੰ ਬੜੀ ਸਿਆਣੀ ਗੱਲ ਕੀਤੀ ਹੈ ਉਹ ਦਾਦੀ ਕਿੱਥੇ ਸਿਆਣੀ ਗੱਲ ਕੀਤੀ ਹੈ ਨਾ ਓਏ ਤੂੰ ਮੈਨੂੰ ਗੋਦੀ ਚੱਕ ਮੇਰੀ ਅੱਖਾਂ ਤੇ ਅੱਖਾਂ ਪਾ ਕੇ ਗੱਲ ਕਰ ਫੇਰ ਦੇਖਦਾ ਮੈਂ ਤੈਨੂੰ ਅੱਖਾਂ ਚੱਕਾਂ ਪਾਣੀ ਹਾਂ ਇੱਕ ਮਿੰਟ ਅਲਾ ਪਾ ਕੋਈ ਮੈਨੂੰ ਗੋਦੀ ਚੱਕ ਮੈਨੂੰ ਮਾਰ ਕਵਾ ਕੇ
ਵੱਡਾ ਹੋ ਗਿਆ ਹਾਂ ਵੱਡਾ ਹੋ ਗਿਆ ਕੋਈ ਮੰਨਦਾ ਤਾਂ ਹੈ ਨਹੀਂ ਓਏ ਦਾਦੀ ਜੀ ਇਹਨੂੰ ਸਮਝਾ ਲਓ ਮੈਂ ਸੈਂਟਰ ਚੋਂ ਤੋੜ ਦੇਣਾ ਇਹ ਬੇ ਤੇਰਾ ਦਿਮਾਗ ਤਾਂ ਨਹੀਂ ਖਰਾਬ ਟੁੱਟਣ ਤੋਂ ਬਾਅਦ ਜਿਹੜਾ ਪੀਸ ਬਚਿਆ ਸੀ ਉਹੀ ਤਾਂ ਰੱਬ ਨੇ ਸਾਨੂੰ ਦਿੱਤਾ ਜੇ ਇਹਨੂੰ ਤੋੜਦੇ ਤਾਂ ਸਾਡੇ ਕੋਲ ਕੀ ਰਹਿ ਜੂਗਾ ਬੇ ਖਬਰਦਾਰ ਜੇ ਮੁੰਡੇ ਨੂੰ ਕੁਛ ਕਿਹਾ ਜਾ ਆਪਦੇ ਗੋਰੇ ਮਾਸਟਰ ਨੂੰ ਬੁਲਾ ਕੇ ਲਿਆ ਦਾਦੀ ਜੀ ਮੈਂ ਬੁਲਾਉਣੀ ਆ ਜੀ ਸੁਣਦੇ ਹੋ ਆ ਦਾਦੀ ਜੀ ਆਏ ਨੇ ਬਿੱਲੂ ਹਾਂਜੀ ਇਹ ਹੈ ਤੇਰਾ ਅੰਗਰੇਜ਼ ਹਾਂਜੀ ਹਾਂਜੀ ਕੁੜੀ ਹੈ ਕਿ ਮੁੰਡਾ ਸਾਡੇ ਉਹਦੇ ਐਕਚੁਅਲੀ ਕੁੜੀਆਂ ਤੇ ਮੁੰਡਿਆਂ ਵਿੱਚ ਕੋਈ ਫਰਕ ਨਹੀਂ ਕੀਤਾ ਜਾਂਦਾ ਯੂ ਨੋ ਹਾਉ 1 ਮਿੰਟ ਬਿੱਲੂ ਸ਼ੀ ਇਜ਼ ਅ ਗ੍ਰੈਂਡ ਮਦਰ ਇਨ ਲਾ ਹੇ ਕਿਵੇਂ ਕੁਤੂਰੇ ਵਾਂਗ ਕਰੀ ਜਾਂਦਾ ਕੋਈ ਦਰਸਲ ਐਕਸਕਿਊਜ਼ ਮੀ 1 ਮਿੰਟ ਦਰਸਲ ਡਾਡੀ ਗੱਲ ਬੜਾ ਕੀ ਹੈ ਜਿਹੜੇ ਫਗਵਾੜੇ ਦੇ ਵਿੱਚ 3-4 ਅੰਗਰੇਜ਼ ਬੱਚੇ ਸੀ ਮੈਂ ਉਹਨਾਂ ਚੋਂ ਇੱਕ ਆ ਅੱਛਾ ਤੇ ਆਜ਼ਾਦੀ ਤੋਂ ਬਾਅਦ ਤੂੰ ਲੰਡਨ ਨਹੀਂ ਗਿਆ ਵੇ ਨਾ ਕਿਉਂਕਿ ਲੰਡਨ ਵਾਲੇ ਪੰਜਾਬ ਦੇ ਅੰਗਰੇਜ਼ਾਂ ਦਾ ਵੀਜ਼ਾ ਨਹੀਂ ਲਗਾਉਂਦੇ ਉਹ ਬੜਾ ਕੀ ਸੋਚਦੇ ਆ ਉਹ ਸੋਚਦੇ ਇੱਕ ਵਾਰੀ ਆਰਡਰ ਆਉਂਦੇ ਫਿਰ ਵਾਪਸ ਹੀ ਨਹੀਂ ਜਾਂਦੇ ਮੈਨੂੰ ਇਹ ਦੱਸ ਤੂੰ ਸੱਚੀ ਅੰਗਰੇਜ਼ ਹੈ ਕਿ ਕੋਈ ਦਵਾਈ ਖਾ ਕੇ ਇਹਨੂੰ ਰਿਐਕਸ਼ਨ ਹੋ ਗਿਆ ਪੁੱਤਰ ਦਾਦੀ ਜੀ ਅੰਗਰੇਜ਼ ਹੀ ਨੇ ਇਹਨੂੰ ਤਾਂ ਇੰਨਾ ਸੋਹਣਾ ਨਾਂ ਹੈ ਟੀਟੂ ਰਾਬਰਟ ਤ੍ਰਿਤੀਏ ਲੰਡਨ ਵਾਲੇ ਆ ਟੀਟੀਆਂ ਟੁੱਟੀਆਂ ਮੈਂ ਨਹੀਂ ਜਾਣਦੀ ਨੀ ਇੱਕ ਮਿੰਟ ਆਪਾਂ ਇਹਦਾ ਆਡੀਸ਼ਨ ਲੈਂਦੇ ਹਾਂ ਤੂੰ ਅੰਗਰੇਜ਼ੀ 'ਚ ਬੋਲਵੇ ਤੁਸੀਂ ਦੋਵੇਂ ਦੱਸਿਓ ਵੀ ਉਹ ਠੀਕ ਬੋਲਦਾ ਓਕੇ ਓਕੇ ਹਾਂ ਹਾਂ ਓਕੇ ਮੈਂ ਆ ਕੀ ਕਰੀ ਜਾਂਦਾ ਇਹ ਤਾਂ ਅਸੀਂ ਪੰਜਾਬੀ 'ਚ ਕਰਦੇ ਹੁੰਦੇ ਹਾਂ ਹਾਂ ਅੰਗਰੇਜ਼ੀ 'ਚ ਹੈ ਨਾ ਅੰਗਰੇਜ਼ੀ 'ਚ ਬੇ ਤੇਰਾ ਗਲ ਖਰਾਬ ਹੈ ਤੂੰ ਨਾ ਐਂ ਕਰ ਸਿਰ ਤੇ ਕੇਲਾ ਰੱਖ ਕੇ ਜੀਰੇ ਦਾ ਪਾਣੀ ਪੀ ਜਮਾਂ ਠੀਕ ਹੋ ਜਾਏਗਾ ਆਹੋ ਆਹ ਦੇਖਿਆ ਠੀਕ ਹੋ ਗਿਆ ਨਾ ਆਈ ਐਮ ਵਿਲ ਸੋ ਆਈ ਕਾਂਟ ਕਮ ਫਾਰ 3-4 ਡੇਜ਼ ਕਿਡਨੀ ਕਿਡਨੀ ਗ੍ਰਾਂਟ ਮੀ ਫਾਰ 4 ਡੇਜ਼ ਯੂਅਰਸ ਯੂਅਰਸ yours gal dasa yours obediently robert tito treaty wow yeah acha hun dasso ida matlab ki hai main idhar muh karo mere kanni samajh aa gaya thonu tell dadi ida matlab eh hai ਵੀ ਜਿਹੜਾ ਧਰਤੀ ਤੇ ਆ ਕੇ ਨਾ ਦਾਦੀ ਦੀ ਸੇਵਾ ਨਾ ਕਰ ਸਕਿਆ ਉਹਨੇ ਦੁਨੀਆ 'ਚ ਕੁਛ ਨਹੀਂ ਕੀਤਾ ਦੂਜੀ ਲੈਣੀ ਜਿਹੜੀ ਕਿਡਨੀ ਹੈ ਕਿਡਨੀ ਮੰਗਦਾ ਉਹਦਾ ਕੀ ਮਤਲਬ ਹੋਇਆ ਦਾਦੀ ਜੀ ਅੰਗਰੇਜ਼ ਸਾਹਿਬ ਕਹਿ ਰਹੇ ਨੇ ਕਿ ਹਿੰਦੁਸਤਾਨ ਤੇ ਪੰਜਾਬ ਤੋਂ ਉੱਤੇ ਦੀ ਤੀਜ ਕੋਈ ਨਹੀਂ ਅੰਗਰੇਜ਼ ਤੇ ਪੈਰਾਂ ਦੀ ਧੂਲ ਨੇ ਪੰਜਾਬੀਆਂ ਦੀ ਤੇ ਪੰਜਾਬੀਆਂ ਨੂੰ ਸਲੂਟ ਕਰਦੇ ਨੇ ਸਲੂਟ ਬਿੱਲੋ ਪੁੱਤ ਤੂੰ ਤਾਂ ਮੇਰਾ ਨਾਂ ਰੋਸ਼ਨ ਕਰ ਦਿੱਤਾ ਪਰ ਇੱਕ ਗੱਲ ਹੈ ਅੰਗਰੇਜ਼ਾਂ ਦਾ ਬਦਲਾ ਮੇਰੇ ਤੋਂ ਪੂਰਾ ਨਹੀਂ ਹੋਇਆ ਜਦੋਂ ਤੱਕ ਮੈਂ ਇੱਕ ਅੰਗਰੇਜ਼ ਨੂੰ ਜੁੱਤੀਆਂ ਨਾਲ ਮਾਰ ਨਾ ਦਿੰਦੀ ਤਦ ਤੱਕ ਮੈਂ ਸਾਹ ਨਹੀਂ ਲੈਣਾ ਲੱਭਣੀ ਭੈਣ ਨਾ ਭਰਜਾਈ ਠੰਡ ਬੜੀ ਹੁੰਦੀ ਕਿੱਥੋਂ ਲੈਂਗਾ ਰਜਾਈ ਉਹ ਜੀਜਾ ਮੈਨੂੰ ਹੱਥ ਲਾ ਕੇ ਤਾਂ ਦਿਖਾ ਨਾ 15,000 ਦਾ ਕਰੰਟ ਮਾਰਿਆ ਨਾ ਤੈਨੂੰ ਫੇਰ ਕਹੀ
ਤੂੰ ਬੰਦਾ ਹੈ ਕਿ ਬਠਿੰਡੇ ਦਾ ਥਰਮਲ ਪਲਾਂਟ? ਖਬਰਦਾਰ ਜੀ, ਮੇਰੇ ਪੁੱਤ ਨੂੰ ਕੁਛ ਕਿਹਾ? ਬਈ ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ? ਮੈਂ ਤੜਕੇ ਦੀ ਆਈ ਹੋਈ ਹਾਂ, ਕੋਈ ਚਾਹ ਪਾਣੀ ਪੁੱਛਿਆ ਤੁਸੀਂ ਮੈਨੂੰ? ਵਟ ਵਟ ਯੂ ਈਟ? ਕੀ ਕਹਿੰਦੇ ਪੁੱਤ ਤੁਸੀਂ? ਕੀ ਖਾਓਗੇ? ਵੱਟ ਵੱਟ ਇਜ ਕੀ ਮਤਲਬ? ਆਪਣੇ ਕੋਲ ਕੀ ਹੈ ਖਾਣ ਨੂੰ? ਓਕੇ, ਆਸਕ ਡੈਫ। ਡੈਫ ਮਤਲਬ ਭੈਰਾ। ਵੇਟਰ ਨੂੰ ਪੁੱਛੋ। ਹਾਂ, ਨਾ ਤੂੰ ਇੱਥੇ ਖੜਾ ਜਾਂ ਦਾਦੀ ਜੀ ਵਾਸਤੇ ਕੁਛ ਖਾਣ ਨੂੰ ਲੈ ਕੇ ਆ। ਗੋ, ਚਲ ਜਾਂਦੇ ਹਾਂ। ਓਏ, 1 ਮਿੰਟ ਹਿਡਰਾ। ਕੀ ਗੱਲ? ਉਹ ਨਾ ਛਾਟੇ ਲਾਗੇ ਲੰਗਰ ਲੱਗਾ ਹੈਗਾ, ਲਿਫਾਫਾ ਲੈ ਜਾ, ਦਾਲ ਬੜੀ ਸਵਾਦ ਹੁੰਦੀ, ਮੇਰੇ ਲਈ ਵੀ ਪਵਾ ਲਿਆ। ਗੋ ਗੋ ਗੋ। ਬਿੱਲੋ, ਹਾਂਜੀ, ਇਹ ਅੰਗਰੇਜ਼ ਵੀ ਲੰਗਰ ਖਾਂਦੇ ਨੇ? ਓ ਦਾਦੀ ਜੀ, ਪੰਜਾਬ ਚ ਰਹਿ ਕੇ ਨਾ ਥੋੜੀ ਜੀ ਆਦਤ ਪੈ ਜਾਂਦੀ ਹੈ, ਤੁਸੀਂ ਇਹ ਗੱਲਾਂ ਨੂੰ ਛੱਡੋ, ਚਲੋ ਤੁਸੀਂ ਬੈਠੋ, ਰੈਸਟ ਕਰੋ। ਇਹ ਤਾਂ ਗੱਲ ਤੇਰੀ ਠੀਕ ਹੈ, ਪਰ ਪੁੱਤ ਅੰਗਰੇਜ਼ਾਂ ਨੇ ਸਾਡੇ ਨਾਲ ਬਹੁਤ ਬੁਰੀ ਕੀਤੀ ਹੈ। ਚਲੋ ਤੁਸੀਂ ਛੱਡੋ, ਚਲੋ ਅੰਦਰ ਬੈਠੋ ਬੈਠੋ। ਚੀਕੂ ਵੀਰ ਜੀ, ਤੁਸੀਂ ਵੀ ਜਾ ਕੇ ਸੌਂ ਜਾਓ। ਚਲੋ ਠੀਕ ਹੈ ਜੀ, ਤੁਸੀਂ ਵੀ ਜਾ ਕੇ ਸੌਂ ਜਾਓ। ਪੈ ਜਾਓ ਦਾਦੀ ਜੀ। ਚੰਗਾ, ਮੈਂ ਉੱਧਰ ਸਵਾ ਕੇ ਹੀ ਸਾਰਿਆਂ ਨੂੰ। ਚਲੋ ਮੈਂ ਦਾਦੀ ਖਿਲਾਰ ਦੇ ਤੇਰੀ ਦਾਦੀ ਮੈਨੂੰ ਵੀ ਲਿਆ ਜਾ ਕਰ, ਮੈਂ ਤਾਂ ਕਦੀ ਬੱਲਾਂ ਚੋਂ ਨਹੀਂ ਟੱਪਿਆ। ਤੂੰ ਤਾਂ ਜਮਾ ਠੇਠ ਪੰਜਾਬੀ ਬੋਲਦਾ ਹੈ। ਨਹੀਂ ਦਾਦੀ, ਪਤਾ ਕੀ, ਮੈਂ ਪੰਜਾਬੀ 'ਚ ਆਈਲੈਟਸ ਕੀਠੀ ਹੋਈ ਹੈ। ਤੂੰ ਅੰਗਰੇਜ਼ ਹੀ ਹੈ ਕਿ ਮੱਛੀ ਖਾ ਕੇ ਦੁੱਧ ਤਾਂ ਨਹੀਂ ਪੀਂਦਾ ਤੂੰ? ਨਹੀਂ, ਮੈਂ ਅੰਗਰੇਜ਼ ਹੀ ਹਾਂ। ਦੇਖੋ ਨਾ, ਆ ਕੇ ਕੁੱਤੇ ਵਾਂਗੂ ਭੌਂਕੀ ਜਾਂਦਾ ਵੀ ਤੂੰ। ਸਾਡੇ ਉੱਠੇ ਕੁੱਤੇ ਅਤੇ ਬੰਡੇ 'ਚ ਕੋਈ ਜ਼ਿਆਦਾ ਫਰਕ ਨਹੀਂ। ਹਾਂਜੀ ਦਾਦੀ ਜੀ, ਕੀ ਹੋਇਆ? ਘਰ 'ਚ ਕਿੰਨਾ ਗੰਦ ਪਿਆ, ਕੂੜਾ ਪਿਆ, ਇਹਨੂੰ ਸਾਫ਼ ਕਰੋ। ਹਾਂ ਹਾਂਜੀ, ਮੈਂ ਝਾੜੂ ਮਾਰੋ, ਝਾੜੂ ਮੈਂ ਹੁਣੇ ਝਾੜੂ। ਇਹ ਗੱਲ ਅੱਛੀ ਕੀਤੀ ਤੁਸੀਂ ਜਦੋਂ ਨਹੀਂ ਆਇਓ, ਝਾੜੂ ਮਾਰੋ। ਹਾਂ, ਕਿ ਤੂੰ ਤਾਂ ਮਾਰੇਂਗੀ? ਆ ਜਿਹੜਾ ਵਿਆਹ ਕੇ ਲਿਆਂਦਾ ਇਹਨੂੰ ਦੇ ਅੰਗਰੇਜ਼ ਨੂੰ, ਫੜ ਫੜ ਦੇ, ਮਾਰਵੇ ਝਾੜੂ। ਮੈਂ? ਹਾਂ, ਮੈਂ ਝਾੜੂ ਮਾਰੂੰਗਾ, ਤੈਨੂੰ ਦਾਦੀ ਖਿਲਾਰ ਦੇਣੀ। ਸਵਾਦ ਆ ਗਿਆ, ਐਂ ਕਰੇ ਆਉਂਦੇ ਸੀ ਅੰਗਰੇਜ਼ ਸਾਡੇ ਕੰਮ, ਹੁਣ ਪਤਾ ਲੱਗਦਾ ਵੀ ਕੰਮ ਕਿਵੇਂ ਕਰੀਦਾ। ਬੇ, ਝਾੜੂ ਮਾਰ ਮਾਰ ਸਾਡੇ ਪਿਆ। ਝਾੜੂ ਸੱਟ ਤੇ ਮੇਰੀਆਂ ਲੱਤਾਂ ਕੁੱਟ। ਆ ਜਾ ਇੱਧਰ, ਇੱਧਰ ਆ ਜਾ, ਆ ਜਾ ਹੁਣ, ਆਉਣ ਤੇ ਲੱਗਾ। ਦਾਦੀ ਜੀ, ਇਹ ਮੇਰੇ ਘਰ ਵਾਲਾ। ਨਹੀਂ, ਇਹ ਅੰਗਰੇਜ਼ ਪਹਿਲਾਂ ਫਿਰ ਤੇਰੇ ਘਰ ਵਾਲਾ, ਪਤਾ ਹੈ
ਤੇਰੇ ਦਾਦੇ ਨੂੰ ਇਹਨੇ ਲੱਤਾਂ ਮਾਰ ਕੇ ਛੱਡਿਆ ਸੀ ਇਹਨਾਂ ਨੇ ਅੰਗਰੇਜ਼ਾਂ ਨੇ ਮੈਂ ਘਰੇ ਛੱਡਿਆ ਸੀ ਉਹਨਾਂ ਨੇ ਮੈਂ ਜੰਮਿਆ ਵੀ ਨਹੀਂ ਸੀ ਨਾਲੇ ਦਾਦੀ ਜੀ ਤੁਸੀਂ 2 ਦਿਨਾਂ ਲਈ ਤਾਂ ਇੱਥੇ ਆਏ ਹੋ 2 ਦਿਨਾਂ 'ਚ ਤੁਸੀਂ ਇਹਨਾਂ ਤੋਂ ਕੀ ਬਦਲਾ ਲੈ ਲਓਗੇ ਨਹੀਂ ਬਿੱਲੋ ਅੰਗਰੇਜ਼ 150 ਸਾਲ ਸਾਡੇ ਤੇ ਰਾਜ ਕਰਕੇ ਗਏ ਆ ਮੈਂ ਤਾਂ 15 ਮਿੰਟ 'ਚ ਬਦਲਾ ਲੈ ਲੂੰਗੀ ਮੈਂ ਗੱਲ ਸੁਣ ਉਰਿਆ ਕਿੱਥੇ ਜਾਂਦੇ ਉਰਿਆ 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 ਖੜਾ ਕਰ ਮੈਨੂੰ ਮਾਰਿਓ ਨਾ ਮੈਂ ਤੂੰ ਉਰਿਆ ਤੂੰ ਆਉਣਾ ਕਿ ਨਹੀਂ ਉਰੇ ਆ ਗਿਆ ਖੜਾ ਕਰ ਮੈਨੂੰ ਚੱਲ ਆਓ ਕਹਿ ਕਿੱਥੇ ਰੱਖ ਖੜਾ ਕਰ ਝਾੜੂ ਉਹਦੇ ਰੱਖ ਕੇ ਆ ਛੇਤੀ ਆ ਹੁਣ ਹੁੱਕਾ ਚੱਕ ਉੱਥੋਂ ਅਸ਼ਮੂ ਚੱਕ ਕੇ ਉੱਥੇ ਰੱਖ ਕੇ ਆ ਚੱਲ 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 ਆ ਭਾਂਡੇ ਨੂੰ ਠੀਕ ਕਰ ਇੱਕ ਮਿੰਟ ਹੁਣ ਮੈਂ ਸੌ ਜਾਵਾਂ ਸੌ ਕਿਵੇਂ ਜਾਏਗਾ ਹਾਂ ਇੱਧਰ ਸੌ ਕੇ ਬਸ ਸੌ ਜਾਣਾ ਬੇ ਤੂੰ ਖੜਾ ਹੁੰਦਾ ਕਿ ਨਹੀਂ ਇੱਧਰ ਇੱਧਰ ਬਿੱਲੋ ਹਾਂਜੀ ਲਿਖੇ ਦੇ ਕੰਮ ਖੜਾ ਹੋਇਆ ਤੇ ਸਾਹਮਣੇ ਆ ਹੁਣ ਪਤਾ ਕੀ ਕਰਨਾ ਸਵੇਰੇ ਉੱਠਣਾ ਸਵੇਰੇ ਉੱਠ ਕੇ ਸਾਰੇ ਪੋਚੇ ਮਾਰਨੇ ਨੇ ਮੈਂ ਇਕੱਲੇ ਨੇ ਹੋਰ ਫਿਰ ਸੌ ਜਾਣਾ ਕਿਵੇਂ ਸੌ ਜਾਏਗਾ ਤੂੰ ਫਿਰ ਸਾਰੇ ਮੇਜ਼ ਕੁਰਸੀਆਂ ਸਾਫ਼ ਕਰਨੇ ਨੇ ਮੈਂ ਇਕੱਲੇ ਨੇ ਹੋਰ ਫਿਰ ਸੌ ਜਾਣਾ ਕਿਵੇਂ ਸੌ ਜਾਏਗਾ ਤੂੰ ਫਿਰ ਸਾਰੇ ਭਾਂਡੇ ਮਾਂਜਣੇ ਨੇ ਮੈਂ ਇਕੱਲੇ ਨੇ ਹੋਰ ਫਿਰ ਸੌ ਜਾਣਾ ਕਿਵੇਂ ਸੌ ਜਾਏਗਾ ਵੇ ਤੂੰ ਫਿਰ ਸਾਰੇ ਪਤੀਲਿਆਂ 'ਚ ਸਬਜ਼ੀਆਂ ਬਣਾਉਣੀਆਂ ਨੇ ਮੈਂ ਇਕੱਲੇ ਨੇ ਹਾਂ ਫਿਰ ਸੌ ਜਾਣਾ ਨਾ ਫਿਰ ਸਾਰੇ ਗਾਹਕ ਆਉਣਗੇ ਉਹਨਾਂ ਨੂੰ ਭੁਗਤਾਏਗਾ ਤੂੰ ਮੈਂ ਇਕੱਲੇ ਨੇ ਇਕੱਲੇ ਨੇ ਫਿਰ ਸੌ ਜਾਣਾ ਨਾ ਬਸ ਬਹੁਤ ਹੋ ਗਿਆ ਬਹੁਤ ਹੋ ਗਿਆ ਸਭ ਮੈਂ ਦੱਸਣ ਲੱਗਾ ਸਭ ਕੁਝ ਦੱਸਣ ਲੱਗਾ ਸਭ ਕੁਝ ਮੈਂ ਨਹੀਂ ਹੁਣ ਨਿਕਲਿਆ ਅੰਗਰੇਜ਼ ਇਹਦੇ ਵਿੱਚੋਂ ਤੈਨੂੰ ਸਮਝਾ ਲਾ ਆਪਣੇ ਦਾਦੇ ਨੂੰ ਮੈਂ ਦਾਦੀ ਕੋਈ ਨਹੀਂ ਕੋਈ ਨਹੀਂ ਆ ਜਾ ਹੁਣ ਹੋਊਗਾ ਯੁੱਧ ਇੱਕ ਪਾਸੇ ਟੀਟੂ ਰਾਬਰਟ ਟਟੀਆ ਤੇ ਦੂਜੇ ਪਾਸੇ ਹਿੰਦੁਸਤਾਨ ਦੀ ਕ੍ਰਾਂਤੀ ਓਏ ਇੱਕ ਮਿੰਟ ਮੇਰੀ ਦਾਦੀ ਸੱਸ ਮਾਂ ਹਾਰ ਗਿਆ ਉਹ ਹਾਰਿਆ ਨਹੀਂ ਹਾਏ ਮੈਂ ਮਰ ਜਾ ਆ ਰਾਬਰਟ ਆਇਆ ਤ੍ਰਿਤੀਏ ਆ ਪਏ ਦੋਵੇਂ ਠੀਕ ਹੈ ਇਹ ਹੈਗੇ ਅੰਗਰੇਜ਼ ਤੇ ਮੈਂ ਹੈਗਾ ਟੀਟੂ ਪੰਜਾਬੀ ਤੇ ਇਹਨਾਂ ਨੂੰ ਕਰੋ ਜੋ ਕਰਨਾ ਇਹਨਾਂ ਨਾਲ ਲੜਾਈ ਕਰੋ ਇਹਨਾਂ ਨਾਲ ਯੁੱਧ ਕਰੋ ਤੇ 2 ਆਪਣੀ ਪੋਤੀ ਦੇ ਕੰਨਾਂ ਦੇ ਥੱਲੇ ਧਰੋ ਜਿਹਦੇ ਕਰਕੇ ਮੈਂ ਸਭ ਕੁਛ ਕੀਤਾ ਹਾਏ ਨੀ ਬਿੱਲੋ ਤੂੰ ਮੇਰੇ ਨਾਲ ਇੰਨਾ ਧੋਖਾ ਕੀਤਾ ਦੱਸੋ ਅੰਗਰੇਜ਼ਾਂ ਨੂੰ ਕੀ ਕਹਿ ਲਓ ਜਦੋਂ ਦਾ ਖੂਨ ਹੀ ਧੋਖੇ ਦਿੱਤਾ ਫਿਰਦਾ ਦਾਦੀ ਜੀ ਮੈਂ ਤੁਹਾਡੀ ਖੁਸ਼ੀ ਲਈ ਇਹਨਾਂ ਨੂੰ ਅੰਗਰੇਜ਼ ਬਣਾਇਆ ਸੀ ਨਾਲੇ ਵੈਸੇ ਤੁਸੀਂ ਦੇਖਿਆ ਨਹੀਂ ਟੀਟੂ ਜੀ ਮੈਨੂੰ ਕਿੰਨਾ ਪਿਆਰ ਕਰਦੇ ਹੈ ਮੇਰੇ ਕਰਕੇ ਇਹਨਾਂ ਨੇ ਸਾਰੇ ਪੋਚੇ ਲਾਏ ਸਾਰੇ ਮੇਜ਼ ਸਾਫ਼ ਕਰੇ ਤੇ ਸਾਰਾ ਖਾਣਾ ਬਣਾਇਆ ਕਿੰਨਾ ਪਿਆਰ ਕਰਦੇ ਹੈ ਮੈਨੂੰ ਪੁੱਤ ਆ ਜਾ ਮੇਰਾ ਚੰਦ ਆ ਜਾ ਦੇਖੇ ਮੈਂ ਬਜ਼ੁਰਗ ਆ ਨਾ ਮੈਂ ਤੈਨੂੰ ਗਲਤੀ 'ਚ ਬਹੁਤ ਕੁਛ ਬੋਲ ਗਈ ਕੋਈ ਗੱਲ ਨਹੀਂ ਮੈਨੂੰ ਮਾਫ਼ ਕਰ ਦੇ ਹਾਂ ਕੋਈ ਗੱਲ ਨਹੀਂ ਤੂੰ ਤਾਂ ਮੇਰੀ ਪੋਤੀ ਨੂੰ ਪਿਆਰ ਹੀ ਬਹੁਤ ਕਰਦਾ ਹੈ ਇੰਨਾ ਕੰਮ ਤੇਰੇ ਵਾਸਤੇ ਕੀਤਾ ਨਹੀਂ ਮੈਂ ਸਦਕੇ ਜਾਵਾਂ ਮੇਰੇ ਪੁੱਤ ਤੋਂ ਪਰ ਇੱਕ ਵਾਰ ਹਾਲੇ ਤੱਕ ਅੰਗਰੇਜ਼ਾਂ ਤੋਂ ਬਦਲਾ ਲੈਣ ਦਾ ਭਾਂਬੜ ਮੇਰੇ ਦਿਲ ਵਿੱਚੋਂ ਨਹੀਂ ਗਿਆ ਹੁਣ ਮੈਂ ਦੇਖੂੰਗੀ ਕਿਹੜਾ ਅੰਗਰੇਜ਼ ਮੇਰੇ ਕੋਲ ਆਵੇ ਤਾਂ ਮੈਂ ਉਹਨੂੰ ਜੁੱਤੀਆਂ ਨਾਲ ਮਾਰਾਂ ਓ ਬਾਲੇ ਬਾਲੇ ਟੀ ਟੀ ਟੂ ਟੀ ਟੂ ਆ ਹੂ ਆਈ ਐਮ ਆਇਆ ਹੂ ਆਰ ਯੂ ਆਈ ਐਮ ਟੀ ਟੂ ਟੀ ਟੂ ਰਾਬਰਟ ਐਂਡ ਤ੍ਰਿਤਿਆ Yeah. What? Where from? I'm from Hungary.
ਹੰਗਰੀ ਭੁੱਖਾ ਯਾ ਯਾ ਭੁੱਖ ਲੱਗੀ ਹੈ ਹੰਗਰੀ ਹੰਗਰੀ ਬ੍ਰੇਕਫਾਸਟ ਖਵਾਓ ਯਾ ਵੈਰੀ ਗੁੱਡ ਬ੍ਰੇਕਫਾਸਟ ਯਾ ਯਾ ਆਈ ਵਿਲ ਹੈਵ ਆ ਜਾ ਆ ਜਾ ਆ ਪੂਰ ਪੂਰ ਇੰਡੀਅਨ ਲੇਡੀ ਹਾਂ ਯਾ ਵਟ ਗੋ ਗੋ ਕਮ 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 ਗੋ ਫਾਰ ਬ੍ਰੇਕਫਾਸਟ ਬ੍ਰੇਕਫਾਸਟ ਟੀਟੂ ਦੀ ਦਾਦੀ ਸੱਸ ਮੈਨੂੰ ਤਾਂ ਬਹੁਤ ਸਹੀ ਲੱਗੀ। ਦੇਖੋ ਜੀ, ਇੰਨੀ ਕੁ ਨਫ਼ਰਤ ਅੰਗਰੇਜ਼ਾਂ ਨਾਲ ਬਣਦੀ ਵੀ ਹੈ ਸਾਡੀ, ਇੰਨੇ ਸਾਲ ਸਾਡੇ 'ਤੇ ਰਾਜ ਕੀਤਾ, ਸਾਨੂੰ 'ਤੇ ਜ਼ੁਲਮ ਕੀਤੇ, ਅਤੇ ਅਸੀਂ ਕਿਉਂ ਨਾ ਫਿਰ ਕਰੀਏ। ਇਹ ਤਾਂ ਆਈ ਨਾ, ਉਹ ਗੱਲ ਵੱਖਰੀ ਹੈ, ਕਨੇਡਾ ਅਮਰੀਕਾ ਜਾਈਦਾ ਵੀਜ਼ਾ ਲਵਾ ਕੇ, ਪਰ ਉੱਥੇ ਅਸੀਂ ਵਿਹਲੀਆਂ ਨਹੀਂ ਖਾਂਦੇ, ਮਿਹਨਤ ਕਰੀਦੀ ਜਾ ਕੇ, ਕੰਮ ਕਰੀਦਾ, ਫਿਰ ਡਾਲਰ ਕਮਾਈਦੇ ਆ। ਇਹ ਅੰਗਰੇਜ਼, ਆਈ ਡੋਂਟ ਲਾਈਕ ਅੰਗਰੇਜ਼, ਮੇਰੇ ਲਾਗੇ ਜਾ ਕੇ ਕਿਤੇ ਅੰਗਰੇਜ਼ ਆ ਜਾਏ ਨਾ, ਮੈਂ ਤਾਂ ਧਰਮ ਨਾਲ ਧਿਆਨ ਵੀ ਨਾ ਕਰਾਂ, ਅੰਗਰੇਜ਼ ਵੱਲ ਵੇਖਾਂ ਵੀ ਨਾ। ਅੰਗਰੇਜ਼ ਸਰ ਸਰ ਸੈਲਫੀ ਸੈਲਫੀ ਵਨ ਸੈਲਫੀ ਸਰ ਜਾ ਪਰੇ ਅੰਗਰੇਜ਼ਾਂ ਜਿਹਾ, ਇਹਦੇ ਟਹਿਣੀਆਂ ਚਾਹੀਦੀਆਂ ਜਿੱਦਾਂ ਦਾ ਹੈਗਾ। ਮੈਨੂੰ ਕਾਹਦੀ ਟੈਨਸ਼ਨ, ਸਾਨੂੰ ਪੰਜਾਬੀਆਂ ਨੂੰ ਨਹੀਂ ਟੈਨਸ਼ਨ ਅੰਗਰੇਜ਼ਾਂ ਦੀ, ਇਹੀ ਕਿ ਲੈਣਾ ਇਹਨਾਂ ਕੋਲੋਂ, ਆਪਣੀ ਸੈਲਫੀ ਮੈਂ ਆਪ ਹੀ ਲੈ ਲੈਂਦਾ। ਤੁਸੀਂ ਕੀ ਦੇਖਦੇ ਪਏ ਹੋ, ਤੁਸੀਂ ਵੀ ਸੈਲਫੀ ਲਓ ਅਤੇ ਮਾਰੋ ਪੰਜਾਬੀ 'ਚ ਵੜਕਾਂ,